मैं मेरे वालों जमी वालों सत श्री अकाल तुसीं देख रहे हो जस्ट टीवी ते आपां अज फिर हाजर हाँ लाइव शो कम्यूनिटी कनैक्ट लैके इंडियानापलिस तो जिहड़ा आपां मंडे ट्यूजडे करते हैं ते आपां अज एक बखरी चीज़ कोशिश की लियाउण दी कि इत्थे दा जो जंग जूथ है आपां उन्हां नूं लैके आईए तां कि आपां दसना चाहुंदे इस गल नूं कि जो काम साडियां जिहड़ियां पंजाब दियां सरकारां उन्हां नूं भी करना चाहिए लेकिन वह पता नहीं किहड़ी गल्लों पुठे राह ते पईआं होईआं ने कि जंग यूथ नूं अगे आउण ही नहीं देना जे आउंदा आ तां उन्हां नूं किसी पास्यों करके उन्हां नूं पिछे धक्कण की कोशिश की जाती है। तो अपने नाल अज इत्थे दे जंग चार स्टूडेंट जुड़े हुए हैं जिन्हां बारी बारी करके आपां रूबरू करावांगे ते तुहानूं उन्हां दे नाल मिलावांगे वो की करते हैं गल्लां बातां सिलसिला उन्हां पंजाब बारे पुछांगे इत्थे बारे पुछांगे कि जिहड़े साडे इंडिया तो आए माँ पे उन्हां दे न्याणे इत्थे जम्मे पले लेकिन फिर भी वह इंडिया नाल जुड़े हुए हैं इत्थे किन्नी वधिया एजुकेशन लै रहे हैं। तो ਆਪਾਂ ਗੱਲਬਾਤ ਕਰਦੇ ਹਾਂ ਆਪਣੇ ਨਾਲ ਜੁੜ ਚੁੱਕੇ ਨੇ ਅਮਰਜੀਤ ਕੌਰ ਸਮਰਾ ਜੀ। ਅਮਰਜੀਤ ਕੌਰ ਜੀ ਤੁਹਾਡਾ ਸਵਾਗਤ ਹੈ ਜੀ ਜਸ ਟੀਵੀ ਤੇ। ਸਤਿ ਸ਼੍ਰੀ ਅਕਾਲ। ਸਤਿ ਅਕਾਲ। ਆਪਾਂ ਤੁਹਾਨੂੰ ਇੱਥੇ ਟੀਵੀ ਤੇ ਅੱਜ ਲਿਆਉਣ ਦਾ ਇਹ ਮਕਸਦ ਸੀਗਾ ਕਿ ਤੁਸੀਂ ਇੱਥੇ ਦੇ ਬੋਰਨ ਹੋ ਤੇ ਮੈਡੀਕਲ ਫੀਲਡ ਦੇ ਸਟੂਡੈਂਟ ਹੋ, ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਕਿ ਤੁਸੀਂ ਕਿਹੜੀ ਸਿਟੀ 'ਚ ਰਹਿੰਦੇ ਹੋ, ਤੁਹਾਡੇ ਮਾਮ ਡੈਡੀ ਇੱਥੇ ਕਦੋਂ ਦੇ ਰਹਿੰਦੇ ਨੇ, ਤੁਸੀਂ ਕੀ ਕਰਦੇ ਹੋ? ਓਕੇ, ਸੋ ਮੈਂ ਇੰਡੀਆਨਾਪਲਿਸ ਰਹਿੰਦੀ ਆ, ਮੈਂ ਇੱਥੇ ਦੀ ਜੰਮੀ ਪੜ੍ਹੀ ਹੋਈ ਹਾਂ ਅਤੇ ਜਿਹੜੇ ਮੇਰੇ ਮੋਮ ਡੈਡ ਆ ਉਹ ਅਮੈਰੀਕਾ ਆਏ ਸੀ, ਉਹ ਪਹਿਲਾਂ ਇੰਡੀਆ ਰਹਿੰਦੇ ਹੁੰਦੇ ਸੀ। ਮਾਮ ਆਈ ਸੀ ਯੂਬਾ ਸਿਟੀ ਕੈਲੀਫੋਰਨੀਆ ਰਹਿੰਦੇ ਸੀ ਉਹ ਜੋ ਛੋਟੀ ਹੁੰਦੀ ਸੀ, ਅਤੇ ਇੱਥੇ ਆ ਕੇ ਉਹ ਫਾਰਮਿੰਗ ਕਰਦੇ ਸੀ ਅਤੇ ਓਰਿਜਨਲੀ ਵੀ ਕਿਸਾਨ ਸੀ ਇੰਡੀਆ ਤੋਂ। ਐਂਡ ਡੈਡ ਜਦੋਂ ਆਈ ਥਿੰਕ 18-19 ਸਾਲਾਂ ਦੇ ਸੀ ਉਦੋਂ ਆਏ ਹੋਏ ਸੀ ਇੱਥੇ, ਅਤੇ ਉੱਥੋਂ ਲਾਈਕ ਉਹ ਵੀ ਉਹਨਾਂ ਦੀ ਫੈਮਿਲੀ ਵੀ ਓਰਿਜਨਲੀ ਫਾਰਮਰ ਹੀ ਸੀ ਇੰਡੀਆ ਤੋਂ, ਅਤੇ ਇੱਥੇ ਵੀ ਲਾਈਕ ਰੂਟਸ ਨਾਲ ਜੁੜਨ ਦੀ ਬਹੁਤ ਟਰਾਈ ਕਰਦੇ ਆ, ਅਤੇ ਲਾਈਕ ਜਸਟ ਲਾਈਕ ਬਲੱਡ ਲਾਈਨ 'ਚ ਆਪਣੇ ਕਿਸਾਨ ਆ ਬਸ। ਹੁਣ ਤੁਹਾਡੇ ਜਿਹੜੇ ਮਾਮ ਡੈਡ ਇੱਥੇ ਕੀ ਕਰਦੇ ਨੇ? ਹੁਣ ਮਾਮ ਮੇਰੀ ਰੀਅਲ ਸਟੇਟ ਏਜੰਟ ਆ ਅਤੇ ਡੈਡ ਉਹ ਆਪਣੀ ਟਰੱਕਿੰਗ ਕੰਪਨੀ ਵੀ ਆ ਅਤੇ ਸਾਡਾ ਰੈਸਟੋਰੈਂਟ ਵੀ ਆ। ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਤੁਸੀਂ ਕੀ ਫੀਲ ਕਰਦੇ ਹੋ ਤੁਸੀਂ ਜਦੋਂ ਕਾਲਜ ਜਾਂਦੇ ਹੋ ਜਾਂ ਜਿੰਨੀ ਵੀ ਹੁਣ ਤੱਕ ਪੜ੍ਹਾਈ ਕੀਤੀ, ਕਿ ਤੁਹਾਨੂੰ ਇੱਕ ਪੰਜਾਬੀ ਹੋਣ ਦਾ ਜਾਂ ਪੰਜਾਬੀ ਫੈਮਿਲੀ ਵਿੱਚ ਬੋਰਨ ਹੋਣ ਦਾ ਕਿੰਨਾ ਵੱਡਾ ਬੈਨੀਫਿਟ ਆ? ਜਿੱਦਾਂ ਆਪਣੂੰ ਹੋਰ ਕਲਚਰ ਬਾਰੇ ਪਤਾ ਆ, ਜਿੱਦਾਂ ਲਾਈਕ ਯੂ ਨੋ ਇਕੱਲੇ ਅਮੈਰੀਕਾ ਬਾਰੇ ਨਹੀਂ ਸਾਨੂੰ ਪਤਾ, ਸਾਨੂੰ ਆਪਣੇ ਰੂਟਸ ਬਾਰੇ ਵੀ ਪਤਾ ਆ, ਅਤੇ ਲਾਈਕ ਯੂ ਨੋ ਇਟਸ ਜਸਟ ਲਾਈਕ ਆਪਣੀ ਨੌਲੇਜ ਹੋਰ ਲਾਈਕ ਬਾਕੀਆਂ ਨਾਲੋਂ ਥੋੜ੍ਹੀ ਲਾਈਕ ਡਿਫਰੈਂਟ ਆ। ਐਂਡ ਆਈ ਥਿੰਕ ਆਪਣੂੰ ਉਹਦੇ ਨਾਲ ਲਾਈਕ ਹੈਲਪ ਹੁੰਦੀ ਆ ਸਕੂਲਾਂ 'ਚ, ਯੂ ਨੋ, ਅਤੇ ਆਪਾਂ ਲੋਕਾਂ ਨੂੰ ਵੀ ਦੱਸਦੇ ਆਪਾਂ ਕੌਣ ਆ, ਸੋ ਆਈ ਥਿੰਕ ਇਟਸ ਲਾਈਕ ਸਮਥਿੰਗ ਗੁੱਡ। ਸੋ ਤੁਸੀਂ ਬਾਕੀ ਜਿਹੜੇ ਜਿਹੜੇ ਆਪਣੇ ਅਮੈਰੀਕਨ ਸਟੂਡੈਂਟ ਵੀ ਹੋਰ ਫੋਰਨਰ ਸਟੂਡੈਂਟ ਵੀ ਆਉਂਦੇ ਇੱਥੇ ਤੁਹਾਨੂੰ ਮਿਲਦੇ ਹੋਣੇ ਆ, ਕਿਉਂਕਿ ਤੁਸੀਂ ਸਾਇੰਸ ਦੇ ਸਟੂਡੈਂਟ ਹੋ ਨਾ ਮੇਰਾ ਖਿਆਲ ਮੈਡੀਕਲ ਦੇ? ਹਾਂਜੀ। ਜਿਹੜੇ ਬਾਕੀ ਦੇ ਸਟੂਡੈਂਟ ਬਾਹਰੋਂ ਆਉਂਦੇ ਨੇ ਪੜ੍ਹਨ ਜਾਂ ਹੋਰ ਸਟੇਟਾਂ ਤੋਂ ਆਉਂਦੇ ਨੇ ਜਾਂ ਜਿਨ੍ਹਾਂ ਨੂੰ ਫੈਮਿਲੀ ਸਪੋਰਟ ਨਹੀਂ ਹੈਗੀ ਤੁਹਾਨੂੰ ਉਹ ਮਿਲਦੇ ਹੋਣੇ, ਉਹਨਾਂ ਨੂੰ ਕਿੱਦਾਂ ਦੀਆਂ ਮੁਸ਼ਕਲਾਂ ਆਉਂਦੀਆਂ, ਨਾਲ ਕੰਮ ਕਰਨਾ ਪੈਂਦਾ, ਕਿੱਦਾਂ ਦੀਆਂ ਮੁਸ਼ਕਲਾਂ ਆਉਂਦੀਆਂ? ਹਾਂਜੀ, ਮੈਂ ਦੇਖਿਆ ਮੇਰੇ ਸਕੂਲੇ ਵੀ ਬਹੁਤ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਆ, ਉਹਨਾਂ ਨੂੰ ਇੱਥੇ ਕੰਮ ਵੀ ਕਰਨਾ ਪੈਂਦਾ ਆ ਸਕੂਲੇ, ਕਿਉਂਕਿ ਉਹ ਬਾਹਰ ਵੀ ਨਹੀਂ ਕੰਮ ਕਰ ਸਕਦੇ, ਉਸ ਕਰਕੇ ਇਹਨਾਂ ਨੂੰ ਸਕੂਲਾਂ 'ਚ ਕੰਮ ਕਰਨਾ ਪੈਂਦਾ ਆ, ਅਤੇ ਉਹ ਜਿੱਦਾਂ ਯੂ ਨੋ ਪੜ੍ਹਾਈ ਦੀ ਜਿਹੜੀ ਲਾਈਕ ਹਾਊ ਮੱਚ ਯੂ ਨੋ ਟਿਊਸ਼ਨ ਦੀ ਜਿਹੜੇ ਪੈਸੇ ਹੁੰਦੇ ਆ ਦੇਣੇ ਉਹ ਉਹਨਾਂ ਨੂੰ ਕਰਨੇ ਪੈਂਦੇ, ਅਤੇ ਉਹਨਾਂ ਦੀ ਆਪਾਂ ਸਟੋਰੀਆਂ ਵੀ ਬਹੁਤ ਸੁਣਦੇ ਆ ਕਿ ਕਿੰਨੇ ਮੁਸ਼ਕਿਲਾਂ ਕਰਕੇ ਉਹ ਇੱਥੇ ਆਏ ਆ ਅਤੇ ਕਿੰਨਾ ਕੰਮ ਕਰਨਾ ਪਿਆ ਸੀ ਉਹਨਾਂ ਨੂੰ ਇੱਥੇ ਆਉਣ ਲਈ। ਤੁਹਾਨੂੰ ਮੈਂ ਇਹ ਪੁੱਛਣਾ ਚਾਹਾਂਗਾ ਜਿਹੜੇ ਇੱਥੇ ਜਿਹੜੇ ਆਪਣੇ ਆਪਣੇ ਵੀ ਪੰਜਾਬੀ ਹੈਗੇ ਨੇ ਜਿਹੜੇ ਕਈ ਗਲਤ ਕੰਮ ਕਰਦੇ ਨੇ ਜਾਂ ਨਹੀਂ ਪੜ੍ਹਦੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਉਹਨਾਂ ਨੂੰ ਕਿੱਡੀ ਵੱਡੀ ਐਡਵਾਂਟੇਜ ਮਿਲੀ ਆ ਇੱਥੇ ਅਮੈਰੀਕਾ ਜਾ ਕੇ? ਮੈਂ ਬਸ ਇਹ ਕਹਿਣਾ ਚਾਹੂੰਗੀ ਕਿ ਕਈ ਲੋਕਾਂ ਨੂੰ ਜਿੱਦਾਂ ਆਪਣੂੰ ਇਹ ਆਪਣੇ ਲਈ ਇਹ ਬੈਨੀਫਿਟ ਆ ਕਿ ਆਪਾਂ ਇੱਥੇ ਸਕੂਲ ਜਾ ਸਕਦੇ, ਆਪਾਂ ਐਜੂਕੇਸ਼ਨ ਆਪਣੀ ਲਾਈਕ ਯੂ ਨੋ ਪੂਰੀ ਕਰ ਸਕਦੇ ਆ, ਇਹ ਸਾਡੇ ਫਾਇਦੇ ਦੇ ਲਈ ਆ, ਅਤੇ ਜਿਹੜੇ ਨਹੀਂ ਪੜ੍ਹਦੇ ਉਹਨਾਂ ਨੂੰ ਇਹ ਪੜ੍ਹਨਾ ਚਾਹੀਦਾ ਆ, ਜੇ ਸਕੂਲ ਡਰੋਪ ਆਊਟ ਵੀ ਕੀਤਾ ਆ ਐਟਲੀਸਟ ਆਈ ਫੀਲ ਲਾਈਕ ਬਾਪ ਜਾ ਕੇ ਡਿਗਰੀ ਲੈਣੀ ਚਾਹੀਦੀ ਆ, ਕਿਉਂਕਿ ਜਨਰਲ ਨੌਲੇਜ ਸਾਡੀ ਜੇ ਵਧੂਗੀ ਫਿਰ ਆਪਾਂ ਅੱਗੇ ਵੱਧ ਸਕੂਗੇ। ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੂੰਗਾ ਕਿ ਤੁਹਾਡੇ ਮਾਮ ਡੈਡ ਨੇ ਤੁਹਾਨੂੰ ਕਿੰਨਾ ਲੱਗਦਾ ਕਿ ਤੁਹਾਡੀ ਕਿੰਨੇ ਕੁ ਪਰਸੈਂਟ ਉਹਨਾਂ ਨੇ ਹੈਲਪ ਕੀਤੀ? 100% ਹੈਲਪ ਕੀਤੀ ਹੈ ਮੇਰੇ ਮਾਮ ਡੈਡ ਨੇ। ਤੁਹਾਨੂੰ ਲੱਗਦਾ ਕਿ ਮੈਂ ਤੁਹਾਡੇ ਮਾਮ ਡੈਡ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ, ਤੁਹਾਨੂੰ ਵੀ ਜਾਣਦਾ, ਤੁਹਾਡੀ ਸਾਰੀ ਫੈਮਿਲੀ ਨੂੰ ਜਾਣਦਾ, ਤੁਹਾਡੇ ਗ੍ਰੈਂਡਫਾਦਰ ਨੂੰ ਵੀ? ਹਾਂਜੀ। ਲੇਕਿਨ ਫਿਰ ਵੀ ਮੈਂ ਇੱਕ ਗੱਲ ਤੁਹਾਡੇ ਤੋਂ ਜ਼ਰੂਰ ਪੁੱਛੂੰਗਾ ਕਿ ਜੇ ਤੁਹਾਡੇ ਮਾਮ ਡੈਡ ਤੁਸੀਂ ਕਿਸੇ ਹੋਰ ਦੇ ਘਰ 'ਚ ਪੈਦਾ ਹੋਏ ਹੁੰਦੇ ਤਾਂ ਤੁਹਾਨੂੰ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਜਿੱਦਾਂ ਬਾਕੀਆਂ ਨੂੰ ਆਉਣੀਆਂ, ਤੁਸੀਂ ਕਿੱਦਾਂ ਦੇਖਦੇ ਲਾਈਫ ਨੂੰ?
ਸਾਡੇ ਲਈ ਆਈ ਥਿੰਕ ਬੈਨੀਫਿਟ ਆ ਕਿ ਆਪਾਂ ਜੋ ਕੁਛ ਕਦੇ ਕਿਹਾ ਆ ਮਾਮ ਡੈਡ ਨੂੰ ਕਿ ਆਪਾਂ ਕੁਛ ਲੈਣਾ ਆ ਜਾਂ ਆਪਾਂ ਕੁਛ ਕਰਨਾ ਕਿ ਇਹ ਕਰਨਾ, ਕਦੇ ਸਾਨੂੰ ਨਾ ਨਹੀਂ ਕਿਹਾ ਜੋ ਚਾਹੀਦਾ ਆਪਾਂ ਲੈਣਾ ਆ, ਬਸ ਯੂ ਨੋ ਓਬਵੀਅਸਲੀ ਉਹਨਾਂ ਦਾ ਨਾਂ ਬਸ ਰੋਸ਼ਨ ਕਰਨਾ ਆ. ਪਰ ਜੇ ਕਿਸੇ ਹੋਰ ਦੇ ਆਈ ਫੀਲ ਲਾਈਕ ਇਫ ਯੂ ਆਰ ਬੋਰਨ ਸਮਵੇਅਰ ਐਲਸ ਆਪਣੀ, ਹਾਂ ਮੁਸ਼ਕਿਲਾਂ ਫਿਰ ਸ਼ੋਰ ਆਈ ਫੀਲ ਲਾਈਕ ਵਧਣੀਆਂ ਸੀ. ਤਾਂ ਤੁਸੀਂ ਪਹਿਲਾਂ ਦੱਸਿਆ ਕਿ ਤੁਹਾਡੇ ਡੈਡ 18 ਸਾਲ ਪਹਿਲਾਂ ਆਏ ਸੀ, ਉਹਨਾਂ ਨੇ ਲੇਬਰ ਦਾ ਕੰਮ ਕੀਤਾ, ਕਿ ਤੁਹਾਨੂੰ ਕਦੀ ਬੈਠ ਕੇ ਉਹ ਦੱਸਦੇ ਆਪਣੇ ਬਾਰੇ ਵੀ ਇੰਨਾ ਹਾਰਡ ਕੰਮ ਕਰਨਾ ਪਿਆ ਜਾਂ ਲਾਈਫ ਇੰਨੀ ਹਾਰਡ ਸੀ? ਹਾਂਜੀ, ਸਾਨੂੰ ਆਲ ਦਾ ਟਾਈਮ ਦੱਸਦੇ ਕਿ ਆਪਾਂ ਇੰਨਾ ਕੰਮ ਕੀਤਾ ਆ, ਇੰਨਾ ਆਪਾਂ ਲੇਬਰ ਵਾਲੀ ਜਾਬਾਂ ਕੀਤੀਆਂ ਆ. ਜੇ ਮੈਂ ਵੀ ਕਦੇ ਮੈਂ ਕਹਿੰਦੀ ਆ ਯੂ ਨੋ ਪਾਰਟ ਟਾਈਮ ਜਾਬ ਕਰ ਲਵਾਂ, ਡੈਡ ਲਾਈਕ ਲੇਬਰ ਵਾਲੀ ਜਾਬ ਨਹੀਂ ਕਰਨੀ, ਆਪਾਂ ਤੁਹਾਨੂੰ ਇਸ ਕਾਬਿਲ ਕਰਨਾ ਆ ਕਿ ਤੁਸੀਂ ਕੋਈ ਚੰਗੀ ਜਾਬ ਕਰਨ. ਲੇਬਰ ਤੋਂ ਆਈ ਫੀਲ ਲਾਈਕ ਸਾਨੂੰ ਬਚਾ ਕੇ ਰੱਖਣਾ ਚਾਹੁੰਦੇ ਕਿਉਂਕਿ ਉਹਨਾਂ ਨੇ ਬਹੁਤ ਕੰਮ ਕੀਤਾ ਜ਼ਿੰਦਗੀ 'ਚ. ਦੂਸਰਾ, ਮੈਂ ਤੁਹਾਨੂੰ, ਤੁਸੀਂ ਪੰਜਾਬ ਜਾਂਦੇ ਆ, ਗਏ ਕਦੀ? ਯਾ ਕਈ ਵਾਰੀ ਗਈ ਆ ਮੈਂ. ਤੇ ਤੁਸੀਂ ਉੱਥੇ ਦੀ ਲਾਈਫ ਵੀ ਜ਼ਰੂਰ ਦੇਖੀ ਹੋਣੀ ਆ ਪੰਜਾਬ ਦੀ, ਹਾਂਜੀ. ਤੇ ਉੱਥੇ ਦੀ ਤੇ ਇੱਥੇ ਦੀ ਲਾਈਫ ਦਾ ਕਿੰਨਾ ਕੁ ਫਰਕ ਲੱਗਦਾ ਤੁਹਾਨੂੰ? ਬਹੁਤ ਫਰਕ ਆ. ਆਈ ਫੀਲ ਲਾਈਕ ਜਿਹੜਾ ਰਹਿਣ ਦਾ ਤਰੀਕਾ ਵੀ ਬਹੁਤ ਡਿਫਰੈਂਟ ਆ ਇੱਥੇ ਨਾਲੋਂ. ਜਿਹੜੇ ਆਪਣੇ ਜਿੱਦਾਂ ਹੁਣ ਆਪਾਂ ਉੱਥੇ ਫਾਰਮਰ ਦੀ ਗੱਲ ਕਰੀਏ ਕਿ ਫਾਰਮਰ ਅਤੇ ਕਾਲੇ ਕਾਨੂੰਨ ਗੌਰਮੈਂਟ ਲਿਆ ਰਹੀ ਆ, ਜੇ ਕੀ ਕਹੋਗੇ ਕਿ ਜੇ ਉੱਥੇ ਦੇ ਜਿਹੜੇ ਫਾਰਮਰ ਆ ਉਹਨੂੰ ਐਜੂਕੇਸ਼ਨ ਜ਼ਿਆਦਾ ਜ਼ਰੂਰੀ ਆ, ਤਾਂ ਕਿ ਜੇ ਐਜੂਕੇਸ਼ਨ ਹੋਵੇ ਫਿਰ ਹੀ ਅਸੀਂ ਇਹਨਾਂ ਚੀਜ਼ਾਂ ਤੋਂ ਬਚ ਸਕਦੇ ਹਾਂ? ਐਜੂਕੇਸ਼ਨ ਹੋਣੀ ਜ਼ਰੂਰੀ ਆ, ਪਰ ਆਈ ਫੀਲ ਲਾਈਕ ਕਿ ਜਿਹੜੇ ਫਾਰਮਰ ਹੈਗੇ ਆ ਉਹਨਾਂ ਨੂੰ ਪਤਾ ਉਹ ਕਰ ਲਾਈਕ ਕੀ ਆ, ਕੀ ਉਹਨਾਂ ਲਈ ਸਹੀ ਆ ਕੀ ਨਹੀਂ. ਐਂਡ ਆਈ ਫੀਲ ਲਾਈਕ ਗਵਰਨਮੈਂਟ ਓਵਰ ਥਿੰਕ ਲਾਈਕ ਸੋਚਦੀ ਨਹੀਂ ਕਿ ਫਾਰਮਰ ਆ ਉਹਨਾਂ ਨੂੰ ਪਤਾ ਹੀ ਆ ਪੂਰੀ. ਸੋਰੀ ਆਈ ਰਿਪੀਟਡ ਮਾਈਸੈਲਫ. ਪਰ ਉਹਨਾਂ ਨੂੰ ਲਾਈਕ ਆਪਣੇ ਬਾਰੇ ਜੇ ਉਹਨਾਂ ਦਾ ਕੋਈ ਬੈਨੀਫਿਟ ਆ ਜਾਂ ਜਿਹੜਾ ਚੀਜ਼ ਨਹੀਂ ਬੈਨੀਫਿਟ ਦੀ ਉਹਨਾਂ ਨੂੰ ਪਤਾ ਆ ਕਿ ਕਿਸ ਚੀਜ਼ ਲਈ ਖੜਾ ਹੋਣਾ ਆ, ਤੇ ਗਵਰਨਮੈਂਟ ਸੋਚਦੀ ਨਹੀਂ ਉਸ ਬਾਰੇ. ਦੂਸਰਾ, ਜਿਹੜਾ ਤੁਸੀਂ ਕਹਿੰਦੇ ਗਵਰਨਮੈਂਟ ਨਹੀਂ ਸੋਚਦੀ, ਜਿਹੜਾ ਇੰਡੀਆ ਵੀ ਦੇਖਿਆ, ਜਿਹੜੀ ਇੱਥੇ ਦੀ ਗਵਰਨਮੈਂਟ ਆ, ਜੇ ਕੋਈ ਸਟੂਡੈਂਟ ਵਧੀਆ ਪੜ੍ਹਦਾ ਉਹਨੂੰ ਕਿੱਦਾਂ ਦੇ ਬੈਨੀਫਿਟ ਮਿਲਦੇ ਆ ਗਵਰਨਮੈਂਟ ਵੱਲੋਂ ਇੱਥੇ, ਜਿਹੜੀ ਇੱਥੇ ਅਮੈਰੀਕਨ ਗਵਰਨਮੈਂਟ ਆ? ਦੇਖੇ ਯੂ ਨੋ ਓਬਵੀਅਸਲੀ ਚੰਗੀ ਜਾਬਾਂ ਮਿਲਦੀਆਂ ਆ, ਉਹਨਾਂ ਨੂੰ ਰੈਕਗਨੀਸ਼ਨ ਮਿਲਦੀ ਆ ਜੇ ਜ਼ਿਆਦਾ ਲਾਈਕ ਯੂ ਨੋ ਸਪੈਸ਼ਲੀ ਲਾਈਕ ਵੈਲੀਟੋਰੀਅਨ ਜਿੱਦਾਂ ਸਕੂਲ 'ਚ ਹੁੰਦੇ ਆ ਉਹਨਾਂ ਨੂੰ ਰੈਕਗਨੀਸ਼ਨ ਮਿਲਦੀ ਆ, ਸਰਟੀਫਿਕੇਟਸ ਮਿਲਦੇ ਆ, ਅਵਾਰਡਸ ਮਿਲਦੇ ਆ. ਸੋ ਯਾ, ਤੁਸੀਂ ਇੰਡੀਆਨਾਪੋਲਿਸ ਵਿੱਚ ਰਹਿੰਦੇ ਹੋ ਤੇ ਹੋਰ ਆਪਣੇ ਕਿੰਨੇ ਇੱਥੇ ਸਟੂਡੈਂਟ ਆ ਜਿਹੜੇ ਤੁਸੀਂ ਕੀ ਕਹੋਗੇ ਵੀ ਕਾਫੀ ਜਿਹੜੇ ਸਟੂਡੈਂਟ ਆਪਣੇ ਪੰਜਾਬੀ ਵੱਧ ਰਹੇ ਨੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ? ਯੈਸ ਆਈ ਥਿੰਕ ਸੋ. ਹਾਂਜੀ. ਬਾਕੀ ਜਿਹੜਾ ਤੁਹਾਨੂੰ ਇੱਕ ਹੋਰ ਅਹਿਮ ਕੁਐਸਚਨ ਪੁੱਛਦਾ ਕਿ ਜੇ ਤੁਹਾਨੂੰ ਚੋਇਸ ਹੋਵੇ ਤੁਸੀਂ ਇੰਡੀਆ ਜਾਣਾ ਪਸੰਦ ਕਰੋਗੇ ਜਾਂ ਇੱਥੇ ਰਹਿਣਾ ਪਸੰਦ ਕਰੋਗੇ? ਓਬਵੀਅਸਲੀ ਇੰਡੀਆ ਦੇ ਮੈਨੂੰ ਕਲਚਰ ਰੂਟਸ ਪਸੰਦ ਆ, ਪਰ ਮੈਨੂੰ ਇੱਥੇ ਰਹਿਣਾ ਪਸੰਦ ਆ. ਮੈਂ ਉੱਥੇ ਲਾਈਕ ਯੂ ਨੋ ਕਿ ਮੈਂ ਮਹੀਨਾ ਲਾ ਕੇ ਆਈ ਸੀ ਪਹਿਲਾਂ, ਮੈਨੂੰ ਪਰ ਫਰ ਸ਼ੋਰ ਮੈਨੂੰ ਇੱਥੇ ਹੀ ਪਸੰਦ ਆ. ਇੱਥੇ ਦੇ ਜਿਹੜੇ ਜਿਹੜੇ ਲਾਅ ਐਂਡ ਆਰਡਰ ਜਾਂ ਇੱਥੇ ਦੀਆਂ ਜਿਹੜੀਆਂ ਫੈਸਿਲਿਟੀਆਂ ਮੈਡੀਕਲ ਦੀ ਹੋ ਗਈ ਜਾਂ ਕਿਸੇ ਤਰ੍ਹਾਂ ਦੀ ਵੀ ਜਿਹੜੀ ਗਵਰਨਮੈਂਟ ਦੀ ਕੋਈ ਲਾਈਨ ਆ ਜਾਂ ਵੈਬਸਾਈਟ ਆ, ਉੱਥੋਂ ਆਪਾਂ ਨੂੰ ਹੈਲਪ ਮਿਲਦੀ ਆ, ਤੇ ਇੰਡੀਆ ਬਾਰੇ ਇਦਾਂ ਦਾ ਕੁਝ ਤੁਸੀਂ ਕੀ ਦੱਸਣਾ ਚਾਹੋਗੇ ਤੁਸੀਂ ਜਾ ਕੇ ਆਏ? ਆਨੈਸਟਲੀ ਮੈਨੂੰ ਪਤਾ ਨਹੀਂ ਜੇ ਇੰਡੀਆ 'ਚ ਇੱਦਾਂ ਹੈਗੀ ਹੋਟਲਾਈਨਸ ਕਿ ਨਹੀਂ, ਪਰ ਮੈਨੂੰ ਪਤਾ ਇੱਥੇ ਹੈਗੀ ਆ. ਸੋ ਆਈ ਮੀਨ ਆਈ ਡੋਨਟ ਨੋ ਲਾਈਕ, ਕਿਉਂਕਿ ਇੱਥੇ ਇੱਥੇ ਦੇਖਣ ਵਿੱਚ ਇਹ ਵੀ ਆਉਂਦਾ ਕਿ ਜੇ ਤੁਸੀਂ ਵਧੀਆ ਪੜ੍ਹਦੇ ਹੋ, ਕਿਉਂਕਿ ਮੇਰਾ ਬੇਟਾ ਵੀ ਆਬਵੀਅਸਲੀ ਪੜ੍ਹਦਾ ਪਿਆ, ਜੇ ਪੜ੍ਹਦੇ ਹੋ ਵਧੀਆ ਤੇ ਤੁਹਾਨੂੰ ਪੈਸੇ ਦੀ ਕਮੀ ਨਹੀਂ ਆਉਂਦੀ, ਕੀ ਕਹੋਗੇ ਇਹਦੇ ਬਾਰੇ? ਯਾ ਇੱਥੇ ਜੇ ਪੜੂਗੇ ਇੱਥੇ ਪੈਸੇ ਦੀ ਕਮੀ ਨਹੀਂ ਹੋਊਗੀ, ਮੈਨੂੰ ਇੰਨਾ ਪਤਾ. ਪਰ ਜੇ ਇੰਡੀਆ 'ਚ ਆਈ ਫੀਲ ਲਾਈਕ ਜਿਹੜੇ ਕਈ ਲੋਕ ਆਪਦੀ ਡਿਗਰੀਆਂ ਲੈ ਕੇ ਉਹ ਕੁਛ ਕਰ ਵੀ ਨਹੀਂ ਸਕਦੇ, ਉੱਥੇ ਜਾਬਾਂ ਮਿਲਦੀਆਂ ਨਹੀਂ. ਸੋ ਇਹ ਬਹੁਤ ਵੱਡਾ ਫਰਕ ਹੈ, ਕਿਉਂਕਿ ਮੈਂ ਇੰਡੀਆ 'ਚੋਂ ਆਇਆ, ਮੈਨੂੰ ਵੀ ਉਦੋਂ ਇੱਥੇ ਆਏ ਨੂੰ ਬਹੁਤ ਟਾਈਮ ਹੋ ਗਿਆ, ਹੁਣ 35 ਸਾਲ ਹੋ ਗਏ ਇੱਥੇ ਆਏ ਨੂੰ, ਲੇਕਿਨ ਇੰਡੀਆ ਦੇ ਵਿੱਚ ਮੈਂ ਰਿਅਲਾਈਜ਼ ਕੀਤਾ ਕਿ ਕੋਈ ਵੀ ਚੀਜ਼ ਬਿਨਾਂ ਪੈਸੇ ਤੋਂ ਨਹੀਂ ਹੁੰਦੀ. ਇੱਥੇ ਤਾਂ ਤੁਸੀਂ ਵੀ ਦੇਖਿਆ ਹੋਣਾ ਕਿ ਜੇ ਤੁਸੀਂ ਮਾਮ ਡੈਡ ਕੋਲ ਵੀ ਨਹੀਂ ਪੈਸੇ ਹੈਗੇ, ਤਾਂ ਵੀ ਇੱਥੇ ਜਿਹੜੇ ਕਾਲਜ ਵਾਲੇ ਆ ਜਾਂ ਯੂਨੀਵਰਸਿਟੀ ਵਾਲੇ ਉਹ ਤੁਹਾਨੂੰ ਆਪਣੇ ਪ੍ਰੋਗਰਾਮ ਬਣਾ ਕੇ ਦੇਣ ਦੇ ਜਾਂ ਸਟੇਟ ਦੇ ਪ੍ਰੋਗਰਾਮ ਹੈਗੇ ਆ, ਤੁਹਾਨੂੰ ਇਹਦੇ ਬਾਰੇ ਤੁਸੀਂ ਜਿਹੜੇ ਆਪਣੇ ਸਟੂਡੈਂਟ ਗਾਂ ਆ ਰਹੇ ਉਹਨਾਂ ਨੂੰ ਕੀ ਦੱਸੋਗੇ ਕਿ ਜਿਹੜੇ ਪੜ੍ਹਨਾ ਚਾਹੁੰਦੇ ਲੇਕਿਨ ਕਹਿੰਦੇ ਪੈਸੇ ਨਹੀਂ ਹੈਗੇ, ਉਹਨਾਂ ਨੂੰ ਕੀ ਦੱਸੋਗੇ ਤੁਹਾਡੇ ਲੋ? ਆਈ ਮੀਨ ਮਿਹਨਤ ਕਰੋ ਫਿਰ ਅੱਗੇ ਵੱਧ ਸਕੋਗੇ, ਪਰ ਆਈ ਫੀਲ ਲਾਈਕ ਜੇ ਹੈਲਪ ਚਾਹੀਦੀ ਆ ਆਈ ਫੀਲ ਲਾਈਕ ਪੁੱਛਣਾ ਵੀ ਚਾਹੀਦਾ ਆ. ਪਰ ਮੋਸਟ ਲਾਈਕਲੀ ਆਈ ਥਿੰਕ ਜਿਹੜੇ ਇੱਥੇ ਸਟੂਡੈਂਟ ਉਹਨੇ ਜਿਹੜੇ ਸਟਰਗਲ ਕਰਦੇ ਆ, ਆਈ ਮੀਨ ਮਨੀ ਵਾਈਜ਼ ਆਈ ਫੀਲ ਲਾਈਕ ਕੰਮ ਕੁੰਮ ਨਾਲ ਹੋ ਸਕਦਾ ਕੁਛ, ਪਰ ਲਾਈਕ ਜੇ ਐਕਾਡੈਮਿਕਲੀ ਆਈ ਫੀਲ ਲਾਈਕ ਯੂ ਨੋ ਦੇਸ਼ ਉੱਦਾਂ ਫਿਰ ਜਿਹੜੇ ਜਾਣ ਪਛਾਣ ਦੇ ਆ ਜਾਂ ਸਕੂਲ 'ਚ ਵੀ ਹੈਲਪ ਪੁੱਛਣੀ ਚਾਹੀਦੀ ਆ.
ਜਿਸ ਤਰ੍ਹਾਂ ਤੁਸੀਂ ਮੈਨੂੰ ਪਤਾ ਗੁਰੂ ਗੁਰਦੁਆਰੇ ਵੀ ਜਾਂਦੇ ਹੋ, ਤੁਹਾਨੂੰ ਕਿੰਨੀ ਵਾਰੀ ਰਿਮੰਡ ਦੇ ਵਿੱਚ ਦੇਖਿਆ ਕਿ ਤੁਸੀਂ ਕੀ ਸਲਾਹ ਦਿਓਗੇ ਕਿ ਜਿਹੜੇ ਆਪਣੇ ਪੰਜਾਬੀ ਬੱਚੇ ਆ ਜਾਂ ਜਿੰਨੇ ਵੀ ਇੱਥੇ ਪੰਜਾਬੀ ਰਹਿੰਦੇ ਨੇ ਜਾਂ ਉਹ ਗੁਰਦੁਆਰੇ ਜਾਣਾ ਚਾਹੀਦਾ, ਉਹਨਾਂ ਨੂੰ ਜਾਣਾ ਚਾਹੀਦਾ ਜਾਂ ਨਹੀਂ ਜਾਣਾ ਚਾਹੀਦਾ? ਆਈ ਥਿੰਕ ਜਾਣਾ ਚਾਹੀਦਾ ਆ, ਕਿਉਂਕਿ ਫਿਰ ਕਲਚਰ ਬਾਰੇ ਜਾਣਨਾ ਚਾਹੀਦਾ ਸਾਨੂੰ, ਆਪਣੇ ਬਾਰੇ, ਸਾਡੇ ਰਿਲੀਜਨ ਬਾਰੇ, ਜੇ ਅੱਗੇ ਫਿਰ ਆਪਾਂ ਕੀ ਦੱਸੂਗੇ ਲੋਕਾਂ ਨੂੰ ਕਿ ਆਪਾਂ ਕੌਣ ਆ, ਫਿਰ ਜੇ ਨਹੀਂ ਜਾਓਗੇ ਆਪਾਂ ਇਨਫੋਰਮੇਸ਼ਨ ਨਹੀਂ ਹੋਊਗੀ ਰਿਲੀਜਨ ਬਾਰੇ ਜਾਂ ਆਪਣਾ, ਫਿਰ ਪਤਾ ਨਹੀਂ ਲੱਗੂਗਾ ਕਿ ਅਸੀਂ ਕੌਣ ਆ, ਕਿੱਥੋਂ ਆਏ ਹਾਂ, ਕੀ ਕਰਦੇ ਹਾਂ। ਤੇ ਮੈਨੂੰ ਲੱਗਦਾ ਕਿ ਬਹੁਤ ਵਧੀਆ ਗੱਲਾਂ ਤੁਹਾਡੇ ਮੰਮੀ ਡੈਡੀ ਨੇ ਤੁਹਾਨੂੰ ਸਿਖਾਲੀਆਂ, ਤੇ ਤੁਹਾਡੇ ਗ੍ਰੈਂਡਫਾਦਰ ਵੀ ਤੁਹਾਡੇ ਨਾਲ ਰਹਿੰਦੇ ਨੇ। ਹਾਂਜੀ ਇੱਕ ਉਹਨਾਂ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ? ਹਾਰਡ ਵਰਕ ਕਰਨਾ ਸਿੱਖਿਆ ਆ ਉਹਨਾਂ ਤੋਂ, ਕਿਉਂਕਿ ਉਹ ਵੀ ਪਿੱਛੇ ਕਿਸਾਨ ਰਹੇ ਆ, ਤੇ ਆਪਾਂ ਆਪਣੇ ਘਰੇ ਵੀ ਬਹੁਤ ਵੱਡੀ ਗਾਰਡਨ ਲਾਈ ਆ, ਤੇ ਮੈਂ ਦੇਖਿਆ ਆ ਕਿ ਜੋ ਐਵਰੀ ਡੇ ਬਾਬਾ ਉਸ ਗਾਰਡਨ ਨੂੰ ਜਾ ਕੇ ਉੱਥੇ ਜਾ ਕੇ ਕੰਮ ਕਰਦੇ ਜਿੱਦਾਂ ਇੰਡੀਆ 'ਚ ਕਰਦੇ ਹੁੰਦੇ ਸੀ। ਕਿਉਂਕਿ ਉਹ ਜਿਹੜਾ ਗਾਰਡਨ ਕਰਦੇ ਨੇ ਤੁਹਾਨੂੰ ਚੰਗਾ ਲੱਗਦਾ ਜਾਂ ਤੁਸੀਂ ਵੀ ਜਾ ਕੇ ਦੇਖਦੇ ਹੋ? ਆਪਾਂ ਵੀ ਜਾ ਕੇ ਦੇਖਦੇ ਆ, ਚੰਗਾ ਲੱਗਦਾ ਆ, ਜਿੱਦਾਂ ਜਿੱਦਾਂ ਪੰਜਾਬ ਵਾਂਗ ਥੋੜਾ ਜਿਹਾ ਕੀਤਾ ਹੋਇਆ ਆ, ਤੇ ਟਰੈਕਟਰ ਵੀ ਰੱਖੇ ਹੋਏ ਆ ਆਪਾਂ। ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਜਸ ਟੀਵੀ ਲਈ ਟਾਈਮ ਕੱਢਿਆ, ਉਹ ਇਨਫੋਰਮੇਸ਼ਨ ਦਿੱਤੀ। ਆਬਵੀਅਸਲੀ ਤੁਸੀਂ ਸਟੂਡੈਂਟ ਹੋ, ਹਾਰਡ ਵਰਕ ਕਰਦੇ ਹੋ, ਤੇ ਇਸੇ ਤਰ੍ਹਾਂ ਹੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਤੁਹਾਨੂੰ ਜ਼ਰੂਰ ਵਾਪਸ ਜੋੜਾਂਗੇ ਵੱਖਰੇ ਟਾਪਿਕ ਦੇ ਨਾਲ। ਜਿਹੜਾ ਟਾਈਮ ਹੈ ਉਹ ਬਹੁਤ ਜਲਦੀ ਹੋ ਜਾਂਦਾ, ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਦਾ, ਆਪਾਂ ਬ੍ਰੇਕ ਤੋਂ ਬਾਅਦ ਥੋੜ੍ਹੇ ਹੋਰ ਬਾਕੀ ਸਟੂਡੈਂਟ ਲਿਆਂਗੇ, ਤੁਸੀਂ ਇਸੇ ਤਰ੍ਹਾਂ ਹੀ ਦੇਖਦੇ ਰਹੋ ਜਸ ਟੀਵੀ, ਤੇ ਆਪਾਂ ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ। ਆਪਾਂ ਫਿਰ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ, ਆਪਣੇ ਨਾਲ ਕੁਛ ਹੋਰ ਸਟੂਡੈਂਟ ਜੁੜੇ ਨੇ, ਤੇ ਤੁਸੀਂ ਇਸ ਤਰ੍ਹਾਂ ਦੇਖਦੇ ਰਹੋ ਜਸ ਟੀਵੀ, ਤੇ ਆਪਾਂ ਲੈ ਕੇ ਆਉਂਦੇ ਹਾਂ ਆਪਣੇ ਨਾਲ ਯੰਗ ਸਟੂਡੈਂਟ ਜਿਹੜੇ ਉਹ ਵੀ ਇੱਥੇ ਇੰਡੀਅਨਾਪੋਲਿਸ ਲੋਕਲ ਨੇ, ਤੇ ਆਪਾਂ ਸਵਾਗਤਕ ਨਿਗਾਹ ਫੜਦੇ ਹਾਂ ਕੋਮਲ ਚੌਹਾਨ ਦਾ। ਕੋਮਲ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਸਵਾਗਤ ਹੈ ਜਸ ਟੀਵੀ ਤੇ। ਆਵਾਜ਼ ਆ ਰਹੀ ਹੈ ਜੀ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਇੰਡੀਅਨਾਪੋਲਿਸ ਵਿੱਚ, ਇੰਡੀਆਨਾ ਦੇ ਵਿੱਚ ਕਿੱਥੇ ਰਹਿੰਦੇ ਹੋ? ਇੰਡੀਅਨਾਪੋਲਿਸ ਸਾਊਥ ਸਾਈਡ ਗ੍ਰੀਨਵੁੱਡ ਦੇ ਕੋਲ। ਤੁਸੀਂ ਦੱਸੋ ਕਿ ਤੁਸੀਂ ਇੱਥੇ ਕਦੋਂ, ਇੰਡੀਆਨਾਪੋਲਿਸ ਕਦੋਂ ਆਏ, ਤੁਹਾਡੇ ਮੰਮੀ ਡੈਡੀ ਕਦੋਂ ਆਏ ਨੇ ਅਮਰੀਕਾ 'ਚ ਤੇ ਕੀ ਕਰਦੇ ਹੋ? ਮੈਂ ਹੁਸ਼ਿਆਰਪੁਰ ਦੀ ਜੰਮੀ ਆ, ਉਦਾਂ ਆਈ ਗਰੋ ਅਪ ਇਨ ਮੈਸਾਚੂਸੈਟਸ। ਡੈਡ ਆਈ ਥਿੰਕ 80s ਦੇ ਵਿੱਚ ਆਏ ਸੀ ਐਂਡ ਮਮ 95 'ਚ ਆਏ ਸੀ। ਮਮ ਡੈਡ ਕੀ ਕਰਦੇ ਨੇ? ਮਮ ਐਮਾਜ਼ਾਨ ਤੇ ਕੰਮ ਕਰਦੀ, ਡੈਡ ਟਰੱਕ ਚਲਾਉਂਦੇ ਆ। ਇਹ ਘਰ ਬੈਠ ਕੇ ਰੋਟੀ ਖਾਣੇ ਆ? ਹਾਂਜੀ। ਮੈਂ ਨਹੀਂ ਕਰਦੇ ਪੰਜਾਬੀ ਫੈਮਿਲੀ ਤਰ੍ਹਾਂ, ਤੁਸੀਂ ਵੀ ਮੰਮੀ ਡੈਡੀ ਦੇ ਸਿਰ ਤੇ ਐਸ਼ ਕਰਦੇ ਹੋ? ਐਸ਼ ਵੀ ਨਹੀਂ ਕਹਿ ਸਕਦੇ, ਪੜ੍ਹਦੀ ਆ, ਉਹ ਵੀ ਜੌਬ ਆ ਜਿਹੜੇ ਪੜ੍ਹਦੇ ਪਏ। ਹਾਂਜੀ। ਮੈਂ ਤੁਹਾਨੂੰ ਇਹੀ ਕੁਐਸਚਨ ਪੁੱਛੂਗਾ, ਹੁਣ ਤੁਸੀਂ ਕਾਦੀ ਪੜ੍ਹਾਈ ਕਰਦੇ ਪਏ? ਵਕੀਲ ਦੀ। ਆਮ ਸਟਡੀਇੰਗ ਟੂ ਬੀ ਅ ਸਿਵਲ ਰਾਈਟਸ ਅਟਾਰਨੀ। ਕੀ ਲੱਗਦਾ ਕਿ ਜਿਹੜੇ ਆਪਣੇ ਇੱਥੇ ਪੜ੍ਹਦੇ ਨੇ ਬੱਚੇ, ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਤੁਸੀਂ ਅਟਾਰਨੀ ਆ ਜਾਂ ਕੋਈ ਪੰਜਾਬੀ ਡਾਕਟਰ ਆ ਜਾਂ ਕੋਈ ਰੀਅਲਟਰ ਆ, ਆਪਾਂ ਨੂੰ ਕਿੰਨੀ ਵੱਡੀ ਕਮਿਊਨਿਟੀ ਨੂੰ ਹੈਲਪ ਹੋ ਸਕਦੀ ਹੈ? ਬਹੁਤ ਵੱਡੀ ਹੈਲਪ ਹੋ ਸਕਦੀ ਆ। ਹੁਣ ਸਾਡੇ ਸਿਰਾਂ ਤੇ ਜ਼ਿੰਮੇਵਾਰੀ ਆ, ਯੂ ਨੋ, ਅਸੀਂ ਕਮਿਊਨਿਟੀ ਨੂੰ ਹੈਲਪ ਕਰੀਏ। ਸਾਡੇ ਬਜ਼ੁਰਗਾਂ ਨੇ ਇੰਨਾ ਕੀਤਾ ਆ, ਯੂ ਨੋ, ਹੁਣ ਨਾਓ ਵੀ ਨੀਡ ਟੂ ਸਟੈਪ ਅਪ ਟੂ ਦ ਪਲੇਟ ਐਂਡ ਟੇਕ ਰਿਸਪੌਂਸਿਬਿਲਿਟੀ। ਜਿਹੜੀ ਕਿੰਨੇ ਕੇ ਤੁਹਾਡੇ ਸਿਰ ਤੇ ਜ਼ਿੰਮੇਵਾਰੀ ਪੈ ਗਈ, ਹੁਣ ਤੁਹਾਡੇ ਮਮ ਡੈਡ ਨੇ ਤੁਹਾਨੂੰ ਦੱਸਿਆ ਹੋਣਾ ਆਬਵੀਅਸਲੀ ਕਿ ਉਹਨਾਂ ਨੇ ਜਦੋਂ ਆਏ ਸੀ ਉਹਨਾਂ ਨੂੰ ਲੇਬਰ ਦਾ ਕੰਮ ਕਿੰਨਾ ਹਾਰਡ ਕਰਨਾ ਪਿਆ, ਕਦੀ ਗੱਲ ਕਰਦੇ ਤੁਹਾਡੇ ਨਾਲ? ਹਾਂਜੀ, ਆਲਵੇਸ ਸਾਨੂੰ ਦੱਸਦੇ ਆ ਵੀ, ਯੂ ਨੋ, ਦੋ ਤਿੰਨ ਜੌਬਾਂ ਕੀਤੀਆਂ, ਯੂ ਨੋ, ਸੌਂਦੇ ਨਹੀਂ ਸੀ। ਆਈ ਥਿੰਕ ਬਹੁਤ ਫੈਮਿਲੀਆਂ 'ਚ ਆ ਵੀ, ਯੂ ਨੋ, ਮਮ ਡੈਡ ਵੀ ਇੱਕ ਘਰ 'ਚ ਰਹਿੰਦੇ ਸੀ, ਉਹਨਾਂ ਦੇ ਭੈਣ ਭਰਾ ਵੀ ਇੱਕ ਘਰ 'ਚ ਰਹਿੰਦੇ ਸੀ, ਬਿਕੋਜ਼, ਯੂ ਨੋ, ਦੇ ਡਿਡਨਟ ਹੈਵ ਐਨ ਇਨਕਮ। ਸੋ ਜੌਬ ਇੰਨੀ, ਯੂ ਨੋ, ਜੌਬਾਂ ਜ਼ਿਆਦੀਆਂ ਕਰਦੇ ਸੀ, ਕੰਮ ਬਹੁਤ ਕਰਦੇ ਸੀ, ਯੂ ਨੋ। ਤੁਹਾਨੂੰ ਕੀ ਲੱਗਦਾ, ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ ਕਿ ਤੁਹਾਨੂੰ ਲੱਗਦਾ ਕਿ ਪੰਜਾਬੀ ਫੈਮਿਲੀ ਦੇ ਵਿੱਚ ਰਿਲੇਟਡ ਹੋਣ ਦੇ ਨਾਲ ਤੁਹਾਨੂੰ ਕਿੰਨਾ ਕੁ ਵੱਡਾ ਬੈਨੀਫਿਟ ਆ? ਬਹੁਤ ਵੱਡਾ ਬੈਨੀਫਿਟ ਆ, ਯੂ ਨੋ, ਇਮੋਸ਼ਨਲੀ, ਫਾਈਨੈਂਸ਼ਲੀ ਸਾਨੂੰ ਕਿੰਨਾ ਸਪੋਰਟ ਕਰਦੇ ਆ, ਸਾਨੂੰ ਆਲਵੇਸ ਦੱਸਦੇ ਆ ਵੀ ਇਹਨਾਂ ਕੋਲ ਓਪਰਚੁਨਿਟੀਆਂ ਹੈ ਨਹੀਂ ਸੀ, ਤਾਂ ਹੀ, ਯੂ ਨੋ, ਇਹ ਇੰਨਾ ਇੰਨਾ ਕੰਮ ਕਰਦੇ ਆ, ਸੋ ਵੀ ਹੈਵ ਦੋਜ਼ ਓਪਰਚੁਨਿਟੀਜ਼। ਇੱਕ ਮੈਂਸ਼ਨ ਅਵਾਰਡ ਕੀਤਾ ਕਿ ਇਹਨਾਂ ਨੂੰ ਕਾਫੀ ਹਾਰਡ ਆਉਂਦੀ ਸੀ, ਜਿਹੜੇ ਜ਼ਿਆਦਾ ਜੌਬਾਂ ਕਰਨੀਆਂ ਪੈਂਦੀਆਂ ਸੀ, ਤੇ ਉਹਦੇ ਕੰਪੇਅਰ ਦੇ ਵਿੱਚ ਜਿਹੜੇ ਤੁਸੀਂ ਜਦੋਂ ਪੜ੍ਹਦੇ ਹੋ ਤੇ ਤੁਹਾਨੂੰ ਜਦੋਂ ਸਟੱਡੀ ਪੂਰੀ ਹੁੰਦੀ ਕਿੰਨੀ ਵਧੀਆ ਤੇ ਈਜ਼ੀ ਜੌਬ ਮਿਲਦੀ ਹੈ? You know, easy bhi nahi keh sakde because competitive, yeah, but I think jede young log ya sadi jede ambition ya, you know, assi vaddiya vaddiya cheeza chahunde ya, you know, so I think we're more than capable.
ਇੱਕ ਮੈਨੂੰ ਤੁਹਾਡੀ ਆਈਸ ਪੋਸਟ ਮਿਲੀ ਸੀ ਜਿਹੜੀ ਮੇਰੇ ਤੋਂ ਡਾਊਨਲੋਡ ਨਹੀਂ ਕਰ ਹੋਈ ਕਿ ਤੁਸੀਂ ਨੇ ਮਾਰਚ ਕਿੰਨੀ ਨੂੰ ਰੈਲੀ ਰੱਖੀ ਉਹਦੇ ਬਾਰੇ ਦੱਸੋ ਜਿਹੜੀ ਆਪਾਂ ਕਿਸਾਨਾਂ ਦੇ ਬਾਰੇ ਵੀ ਗੱਲ ਕਰਾਂਗੇ ਯਾ ਮਾਰਚ 6 ਨੂੰ ਮਿਲਟਰੀ ਪਾਰਕ ਦੇ ਵਿੱਚ ਰੈਲੀ ਰੱਖੀ ਆ ਯੂ نو ਮੈਂ ਦੇਖਿਆ ਸੀ ਮੈਂ ਆਲਮੋਸਟ ਸਾਰੀਆਂ ਰੈਲੀਆਂ ਤੇ ਗਈਆਂ ਜਿਹੜੇ ਇੱਥੇ ਇੰਡੀਅਨਾਪੋਲਿਸ 'ਚ ਹੋਈਆਂ ਆ ਯੂ نو ਅਸੀਂ ਤੁਰਦੇ ਆ ਪੋਸਟਰ ਫੜੇ ਆ ਅਸੀਂ ਰੌਲਾ ਪਾਉਂਦੇ ਆ ਪਰ ਜੋ ਅਸੀਂ ਚਾਹੁੰਦੇ ਆ ਅਸੀਂ ਉਹ ਗੱਲ ਤਾਂ ਯੂ نو ਮੰਗੀ ਨਹੀਂ ਹੈਗੀ ਅਸੀਂ ਚਾਹੁੰਦੇ ਆ ਵੀ ਜਿਹੜੇ ਸਾਡੇ ਰੈਪਰੈਜ਼ੈਂਟੇਟਿਵ ਆ ਵੀ ਉਹ ਯੂ نو ਆ ਕੇ ਗੱਲ ਕਰਨ ਯੂ نو We want them to tell the Indian government with jo tusi karde ha jittan tusi kisanan nu treat karde ha tusi pehda karde ha so aa jehdi hun main organize kiti ha march 6th te it's different lokan ne aake behna ha assi you know speaker labbe ha ohne bolna ha te youth nu dassna ha ve assi ki karde ha you know main dekhya ha ve youth rallyan te aundi ha rola pa lande ha photos khech lande ha movies bana lande ha te chal jande ha ohnu gall ta samajh aayi nahi hegi ve assi itthe kyon aaye ha you know ਜਿਹੜੀ ਇਹ ਰੈਲੀ ਆ ਜੰਨੀ ਮੈਨੂੰ ਸਮਝ ਆਈ ਕਿ ਤੁਸੀਂ ਕੋਈ ਗੱਡੀਆਂ ਨਹੀਂ ਚਲਾਉਣੀਆਂ ਕੋਈ ਵੱਡੇ ਪੋਸਟਰ ਨਹੀਂ ਲਾਉਣੇ ਬੈਠ ਕੇ ਆਰਾਮ ਨਾਲ ਗੱਲ ਕਰਨੀ ਤਾਂ ਕਿ ਜਿਹੜੀ ਕਾਸਟ ਹੈ ਉਹ ਵੀ ਘੱਟ ਰਵੇ ਇਹੀ ਕਹਿ ਰਹੇ ਯਾ ਯੂ نو ਕਾਸਟ ਦੀ ਵੀ ਨਹੀਂ ਗੱਲ ਹੈ ਕਿ ਗੱਲ ਆ ਬੇ ਸਾਰੇ ਲੋਕੀ ਇਹ ਕਹੀ ਜਾਂਦੇ ਵੇ ਯੂ نو ਕਿਸਾਨਾਂ ਦੀ ਹੈਲਪ ਕਰਨੀ ਯੂ نو ਇਹ ਉਹ ਕਰਨਾ ਜਿਹੜੇ ਯੂਥ ਆ ਨਾ ਉਹ ਇਹ ਨਹੀਂ ਗੱਲ ਸਮਝਦੀ ਹੈਗੀ ਬੇ ਯੂ نو ਆਲਮੋਸਟ 100 ਸਾਲ ਹੋ ਗਏ ਆ ਗਵਰਨਮੈਂਟ ਪੰਜਾਬੀਆਂ ਨੂੰ ਸਿੱਖਾਂ ਨੂੰ ਦਬਾ ਕੇ ਰੱਖਦੀ ਆ ਯੂ نو ਜਿਹੜੀ ਯੂਥ ਆ ਉਹ ਇਸ ਗੱਲ ਨੂੰ ਸਮਝਦੀ ਨਹੀਂ ਹੈਗੀ ਇਹ ਜਿਹੜੇ ਲਾਅ ਪਾਸ ਹੋਏ ਆ ਦਿਸ ਇਜ਼ ਜਸਟ ਦ ਨਿਊ ਟੈਕਟਿਕ ਜਿਹੜੀ ਗਵਰਨਮੈਂਟ ਯੂਜ਼ ਕਰਦੀ ਆ ਯੂ نو ਟੂ ਕੀਪ ਯੂ نو ਲੋਅਰ ਕਲਾਸ ਡਾਊਨ ਸੋ ਅਸੀਂ ਇਹ ਚਾਹੁੰਦੇ ਆ ਵੀ ਲੋਕੀ ਰੈਲੀ ਤੇ ਆਉਣ ਯੂਥ ਰੈਲੀ ਤੇ ਆਉਣ ਤਾਂ ਸਿੱਖਣ ਵੀ ਯੂ نو ਸਾਡੀ ਹਿਸਟਰੀ ਕੀ ਆ ਵੀ ਅਸੀਂ ਕਿੱਥੋਂ ਆਏ ਆ ਵੀ ਅਸੀਂ ਇੱਥੇ ਕਿੱਦਾਂ ਪਹੁੰਚੇ ਆ ਯੂ نو ਦਿਸ ਇਜ਼ ਐਨ ਇਹ ਕਿਹੜਾ ਯੂ نو ਥੋੜੇ ਮਹੀਨੇ ਹੋ ਗਏ ਆ ਤਾਂ ਹੁਣ ਲੋਕੀ ਪਾਵਰਟੀ 'ਚ ਜਾਣ ਲੱਗ ਪਏ ਆ ਹੁਣ ਫਾਰਮਰ ਗਰੀਬ ਹੋਣ ਲੱਗ ਪਏ ਆ ਯੂ نو ਦਿਸ ਇਜ਼ ਅ ਲੌਂਗ ਲੌਂਗ ਜਰਨੀ ਮੈਂ ਤੁਹਾਨੂੰ ਕੁਐਸਚਨ ਪੁੱਛੂੰਗਾ ਕਿ ਤੁਸੀਂ ਇੱਥੇ ਆਬਵੀਅਸਲੀ ਕਾਲਜ ਜਾਂਦੇ ਹੋ ਲਾਅ ਵੀ ਪੜ੍ਹਦੇ ਹੋ ਆਪਣੇ ਪੰਜਾਬੀ ਅਕਸਰ ਮੈਂ ਕਹਿੰਦੇ ਸੁਣਿਆ ਕਿ ਜਿਹੜੇ ਗੋਰੇ ਆ ਸਾਡੇ ਨਾਲ ਫਰਕ ਕਰਦੇ ਆ ਕੀ ਤੁਹਾਨੂੰ ਲੱਗਦਾ ਕਿ ਗੋਰੇ ਫਰਕ ਕਰਦੇ ਮੈਨੂੰ ਤਾਂ ਲੱਗਦਾ ਨਹੀਂ ਇੱਥੇ ਕਰਦੇ ਕਿਉਂਕਿ ਜਿੰਨਾ ਤੁਸੀਂ ਪਿਆਰ ਕਰਦੇ ਓਨਾ ਹੀ ਅਗਲਾ ਤੁਹਾਨੂੰ ਮੋਹਰੇ ਕਰੂਗਾ ਕੀ ਕਹੋਗੇ ਯੂ نو ਆਈ ਥਿੰਕ ਪਿਆਰ ਵੀ ਕਰਦੇ ਆ ਬਟ ਇਟਸ ਮਿਸ ਅੰਡਰਸਟੈਂਡਿੰਗ ਯੂ نو ਮੈਂ ਦੇਖਿਆ ਜਿਹੜੇ ਪੰਜਾਬੀ ਲੋਕ ਆ ਨਾ ਉਹ ਗੋਰਿਆਂ ਨੂੰ ਹੋਰ ਕੋਈ ਵੀ ਲੋਕ ਆ ਕਾਲੇ ਐਨੀਬਾਡੀ ਉਹਨਾਂ ਨੂੰ ਸਮਝਾਉਂਦੇ ਨਹੀਂ ਹੈ ਕਿ ਵੀ ਅਸੀਂ ਕੌਣ ਆ ਐਂਡ ਆਈ ਥਿੰਕ ਇਟਸ ਜਸਟ ਲੈਕ ਆਫ ਨੌਲੇਜ ਯੂ نو ਜਿੱਦਾਂ ਹੁਣ ਗੋਰੇ ਆ ਸਰਦਾਰਾਂ ਨੂੰ ਦੇਖਦੇ ਆ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਸਿੱਖ ਆ ਜੇ ਅਸੀਂ ਉਹਨਾਂ ਨੂੰ ਦੱਸੂਗੇ ਨਹੀਂ ਵੀ ਅਸੀਂ ਕੌਣ ਆ ਅਸੀਂ ਕਿੱਥੋਂ ਆਏ ਆ ਦੇ ਵੋਂਟ ਅੰਡਰਸਟੈਂਡ ਜਿੰਨੀ ਦੇਰ ਅਸੀਂ ਉਹਨਾਂ ਨੂੰ ਸਿਖਾਉਂਦੇ ਨਹੀਂ ਹੈਗੇ ਉਨੀ ਦੇਰ ਦੇ ਵੋਂਟ ਐਕਸੈਪਟ ਅਸ ਦੇ ਵੋਂਟ ਲਵ ਅਸ ਨਾ ਜੋਨੇ ਕਿ ਜਿਹੜੇ ਆਪਣੇ ਤੁਸੀਂ ਗੁਰਦੁਆਰੇ ਜਾਂਦੇ ਹੋ ਇੱਥੇ ਕਿ ਨਹੀਂ ਹਾਂਜੀ ਰੇਮੰਡ ਦੁਬਾਰੇ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਯੂ نو ਆਈ ਥਿੰਕ ਗੁਰਦੁਆਰੇ ਜਾ ਕੇ ਅਸੀਂ ਕਮਿਊਨਿਟੀ ਸਿੱਖਦੇ ਆ ਯੂ نو ਕਮਿਊਨਿਟੀ ਲਵ ਆਈ ਗਰੂ ਅਪ ਗੋਇੰਗ ਟੂ ਰੇਮੰਡ ਗੁਰਦੁਆਰਾ ਯੂ نو ਤਾਂ ਮੈਂ ਦੇਖਿਆ ਆ ਜਿਹੜੇ ਅਸੀਂ ਜਿਹੜੇ ਸਾਡੇ ਵੈਲਿਊ ਆ ਅਸੀਂ ਗੁਰਦੁਆਰੇ ਜਾ ਕੇ ਯੰਗਰ ਜਨਰੇਸ਼ਨ ਨੂੰ ਪਾਸ ਕਰਦੇ ਆ ਯੂ نو ਸੋ ਜਿੱਦਾਂ ਇਮਰਾਨ ਕਹਿੰਦੀ ਸੀ ਇਟਸ ਰੀਲੀ ਰੀਲੀ ਇੰਪੋਰਟੈਂਟ ਟੂ ਗੋ ਟੂ ਦ ਗੁਰਦੁਆਰਾ ਟੂ ਲਰਨ ਵੇਅਰ ਵੀ ਕਮ ਫਰਮ ਟੂ ਲਰਨ ਆਵਰ ਰੂਟਸ ਸਲਾਹ ਦੋਗੇ ਮੈਂ ਥੋੜੇ ਤੋਂ ਪੁੱਛਣਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਜਿਹੜੀ ਯੰਗ ਯੂਥ ਆ ਜਿਹੜੀ ਕਾਲਜਾਂ 'ਚ ਉਹਨਾਂ ਨੂੰ ਕੋਈ ਪ੍ਰੋਗਰਾਮ ਕਰਨਾ ਚਾਹੀਦਾ ਗੁਰਦੁਆਰੇ 'ਚ ਐਸਾ ਕਿ ਤਾਂ ਕਿ ਤੁਸੀਂ ਗੋਰਿਆਂ ਆਪਣੇ ਗੋਰੇ ਫਰੈਂਡ ਨੂੰ ਵੀ ਨਾਲ ਲੈ ਕੇ ਆਓ 100% ਯੂ نو ਜਿੱਦਾਂ ਹੋਰ ਲੋਕ ਆ ਕਾਲੇ ਗੋਰੇ ਉਹ ਸਾਨੂੰ ਉਹਨਾਂ ਦੇ ਇਵੈਂਟ ਦੇ ਸਾਨੂੰ ਸੱਦਦੇ ਆ ਕਿਉਂ ਸੱਦਦੇ ਆ ਬਿਕਾਜ਼ ਚਾਹੁੰਦੇ ਆ ਵੀ ਅਸੀਂ ਸਾਰੇ ਇਕੱਠੇ ਹੋਣ ਸੋ ਗੁਰਦੁਆਰੇ ਨੂੰ ਵੀ ਇਹ ਕਰਨਾ ਚਾਹੀਦਾ ਵੀ ਅਸੀਂ ਬਾਹਰਲੇ ਲੋਕਾਂ ਨੂੰ ਇਨਵੋਲਵ ਕਰੋ ਤਾਂ ਅਸੀਂ ਉਹਨਾਂ ਨੂੰ ਸਿਖਾਈਏ ਯੂ نو ਸਾਡੇ ਤੇ ਆ ਲੋਕਾਂ ਨੇ ਕਿਹੜਾ ਬਾਹਰ ਜਾ ਕੇ ਆਪੇ ਸਿੱਖ ਲੈਣਾ ਵੀ ਅਸੀਂ ਕੌਣ ਆ ਆਪਾਂ ਨੂੰ ਹੀ ਦੱਸਣਾ ਪੈਣਾ ਕਿ ਅਸੀਂ ਸਰਦਾਰ ਆ ਜਾਂ ਅਸੀਂ ਕੌਣ ਆ ਤੇ ਜੁਦਾ ਤੁਹਾਨੂੰ ਕੁਐਸਚਨ ਪੁੱਛਣਾ ਚਾਹੁੰਦਾ ਜਿਹੜਾ ਮੇਰੇ ਮਨ ਵਿੱਚ ਆਇਆ ਹੋਣੀ ਕਿ ਜਿਹੜੇ ਜਦੋਂ ਤੁਸੀਂ ਕਾਲਜ ਜਾਂਦੇ ਹੋ ਤੁਸੀਂ ਆਬਵੀਅਸਲੀ ਜਾਂਦੇ ਹਾਲੇ ਸਟੂਡੈਂਟ ਹੋ ਲਾਅ ਦੇ ਤੁਸੀਂ ਜਦੋਂ ਜਾਂਦੇ ਆ ਕਈ ਇੱਥੇ ਜਿਹੜੇ ਸਟੂਡੈਂਟ ਨੇ ਉਹਨਾਂ ਵਿਚਾਰਿਆਂ ਕੋਲ ਗੱਡੀ ਵੀ ਨਹੀਂ ਹੁੰਦੀ ਜਾਂ ਉਹ ਕਿਸੇ ਚੀਜ਼ ਨੂੰ ਅਫੋਰਡ ਨਹੀਂ ਕਰ ਸਕਦੇ ਤੇ ਫਿਰ ਤੁਸੀਂ ਉਹ ਤੁਹਾਨੂੰ ਇਹ ਕੀ ਕਹਿੰਦੇ ਆ ਕਿ ਤੁਹਾਡੇ ਮਾਮ ਡੈਡ ਜਿਹਨਾਂ ਨੂੰ ਪਤਾ ਆ ਕਿ ਇਹ ਗੱਡੀ ਆ ਤੁਹਾਡੇ ਮਾਮ ਨੇ ਲੈ ਕੇ ਦਿੱਤੀ ਹੋਈ ਆ ਤੁਸੀਂ ਆਪਣੇ ਮਾਮ ਡੈਡ ਤੇ ਐਸ਼ ਕਰਦੇ ਆ ਯੂ نو ਬਹੁਤ ਲੋਕੀ ਕਹਿੰਦੇ ਆ ਆਮ ਗੱਲ ਆ ਬਹੁਤ ਲੋਕੀ ਕਹਿੰਦੇ ਆ ਯੂ نو ਤਾਂ ਮੈਂ ਮੇਰਾ ਜਵਾਬ ਇਹੀ ਹੁੰਦਾ ਆ ਵੀ ਆਈ ਐਮ ਬਲੈਸਡ ਯੂ نو ਵੀ ਮੇਰੇ ਮਾਮ ਡੈਡ ਮੈਨੂੰ ਸਪੋਰਟ ਕਰਦੇ ਆ ਆਈ ਐਮ ਸੋ ਲੱਕੀ ਵੀ ਮੈਨੂੰ ਕੰਮ ਨਹੀਂ ਕਰਨਾ ਪੈਂਦਾ ਐਂਡ ਮਾਈ ਫੁੱਲ ਫੋਕਸ ਇਜ਼ ਔਨ ਮਾਈ ਸਟੱਡੀ ਬਹੁਤ ਲੋਕੀ ਆ ਦੇ ਡੋਨਟ ਹੈਵ ਦੈਟ ਓਪਰਚੁਨਿਟੀ ਦੇ ਆਰ ਨਾਟ ਐਸ ਫੋਰਚੂਨੇਟ ਯੂ نو ਐਂਡ ਜਿੱਦਾਂ ਸਾਡਾ ਕਲਚਰ ਆ ਅਸੀਂ ਇੱਕ ਦੂਜੇ ਨੂੰ ਸਪੋਰਟ ਕਰਦੇ ਆ ਸੋ ਆਮ ਵੈਰੀ ਵੈਰੀ ਲੱਕੀ ਸੈਕੰਡ ਇਦਾਂ ਹੀ ਤੁਸੀਂ ਜੁੜੇ ਰਹੋ ਆਪਣੇ ਕਾਲ ਆਈ ਕਾਲ ਲੈ ਲਈ ਆ ਮੇਰਾ ਕੁਝ ਪੁੱਛਣਾ ਚਾਹੁੰਦੇ ਨੇ ਕੀ ਤੁਸੀਂ ਔਨ 에ਅਰ ਹੋ ਵੈਲਕਮ ਟੂ ਜਸ ਪੰਜਾਬੀ
ਹਾਂਜੀ ਸਤਿ ਸ੍ਰੀ ਅਕਾਲ ਇਹਨਾਂ ਦੋਨਾਂ ਬੱਚਿਆਂ ਨੂੰ ਮੈਂ ਇੱਥੋਂ ਟੀਵੀ ਤੋਂ ਨੰਬਰ ਲਿਆ ਤੇ ਬਾਕੀ ਜਿਹੜੀ ਇਹ ਡੂੰਘੀਆਂ ਗੱਲਾਂ ਬਹੁਤ ਚੱਲਦੀਆਂ ਲੌਂਗ ਟਾਈਮ ਹੋ ਗਿਆ ਵੀ ਜਿਹੜੇ ਜਿਵੇਂ ਕਹਿੰਦੇ ਪਾੜ ਪਾੜ ਕੇ ਰਾਜ ਕਰਦੇ ਨੇ ਤੇ ਉਹ ਛੱਡਣ ਨੂੰ ਕਿਸੇ ਕੰਢੇ ਲਾਉਣ ਨੂੰ ਤਿਆਰ ਨਹੀਂ ਵੀ ਜੇ ਇਹਨਾਂ ਚ ਮਾੜੀ ਜਿਹੀ ਵੀ ਪਾਵਰ ਹੋ ਗਈ ਤੇ ਬਈ ਫਿਰ ਸਾਨੂੰ ਪਤਾ ਨੀ ਕੀ ਹੋ ਜੂਗਾ ਪਰ ਹੁਣ ਕੁਛ ਨੀ ਉਹ ਉਹ ਤਾਂ ਸਾਰੇ ਰਲ ਕੇ ਰਹਿਣਾ ਚਾਹੁੰਦੇ ਨੇ ਇੰਨੀਆਂ ਬਈ ਜਿਵੇਂ ਕਹਿੰਦੇ ਪੰਜਾਬ ਦੀਆਂ ਮੈਂ ਸਿੱਖਾਂ ਇਕੱਲਿਆਂ ਦੀਆਂ ਨੀ ਕਹੂੰਗੀ ਜ਼ਿਆਦਾ ਸ਼ਹੀਦੀਆਂ ਹੋਈਆਂ ਹੋਈਆਂ ਨੇ ਦੇਸ਼ ਆਜ਼ਾਦ ਕਰਾਉਣ ਚ ਹਨਾ ਪਰ ਇਹਨਾਂ ਨੂੰ ਜ਼ਿਆਦਾ ਦੁੱਖ ਹੈ ਤੇ ਇਹ ਤਾਂ 300 ਸਾਲ ਗੁਲਾਮ ਰਹੇ ਸੀ ਪੰਜਾਬ ਦੇ ਵਿੱਚ ਉਹ ਵੀ ਗਦਾਰਾਂ ਨੇ ਬਾੜੇ ਸੀ 100 ਸਾਲ ਤੇ 400 ਸਾਲ ਹੋ ਗਏ ਇਹਨਾਂ ਦੇ ਪਰ ਹੁਣ ਇਹ ਕਹਿੰਦੇ ਆ ਜਿਹੜੀ ਇਹਨਾਂ ਤੇ ਲੋਕਾਂ ਨੇ ਰਾਜ ਕਰਿਆ ਵੀ ਇਹ ਕਲ ਆਪਣੇ ਆਪਣੇ ਬੰਦਿਆਂ ਤੇ ਕਰੀ ਜਾਣ ਉਹਨਾਂ ਨੂੰ ਗਰੀਬ ਬਣਾਈ ਜਾਣ ਤੇ ਉਹ ਰੋਟੀ ਨੂੰ ਤਰਸਣ ਇਹ ਲੱਖ ਲੱਖ ਦੇ ਸੂਟ ਪਾਉਣ ਮੋਦੀ ਵਰਗੇ ਤੇ ਪਰ ਇਹ ਤਾਂ ਜਿਵੇਂ ਕਹਿੰਦੇ ਆ ਬਈ ਮੈਂ ਕਹਿਣਾ ਨੀ ਚਾਹੁੰਦੀ ਬਾਣੀ ਦਾ ਵਾਕ ਆ ਵੀ ਕੁੱਤਾ ਰਾਜ ਵਹਾ ਲਿਆ ਚੱਕੀ ਚੱਟਣ ਜਾਵੇ ਤੇ ਹੋਰ ਉਹਨੇ ਕੀ ਕਰਨਾ ਹਨਾ ਤੇ ਇਹਨੇ ਆਪਦਾ ਭਾਈ ਹੀਰਿਆਂ ਦੇ ਸਟੋਰ ਭੁਲਾ ਕੇ ਉਹ ਨੀਰਜ ਮੋਦੀ ਇੱਥੇ ਤੁਰਿਆ ਫਿਰਦਾ ਉਹਦੀ ਭੈਣ ਵਿੱਚ ਗਵਾਹ ਬਣ ਬਣ ਕੇ ਉਹ ਹੁਣ ਵਾਇਦਾ ਮਾਫੀ ਬਣ ਕੇ ਕਾਨੂੰਨ ਇਹਨਾਂ ਦੇ ਆਪਦੇ ਹੀ ਨੇ ਉਹ ਇੰਡੀਆ ਆ ਰਹੀ ਆ ਉਹ ਪਕੌੜਾ ਹੋਇਆ ਹੋਇਆ ਕਦੇ ਇੰਗਲੈਂਡ ਕਦੇ ਕਿਤੇ ਕਦੇ ਕਿਤੇ ਤੇ ਵੀ ਇਹ ਆਪਦਿਆਂ ਦੇ ਤਾਂ ਕੁਛ ਲਟਾ ਤਾ ਹੁਣ ਅਡਾਨੀ ਬਾਨੀ ਕੱਢ ਲਏ ਤੇ ਮਿੱਟੀ ਹੋਈ ਰਹਿੰਦੀ ਸੀ ਦੇਸ਼ ਦੀ ਉਹ ਵੀ ਇਹਨੇ ਵੇਚਤੀ ਹੈਲੋ ਹਾਂਜੀ ਨਹੀਂ ਗੱਡੀ ਦੀਆਂ ਲੀਹਾਂ ਵੇਚਤੀਆਂ ਕੀ ਰੱਖਿਆ ਹੀ ਕੀ ਆਏ ਨੇ ਆਪਣੇ ਮਹਿੰਗੇ ਸੂਟ ਪਾਉਣ ਤੋਂ ਬਿਨਾ ਜਹਾਜ਼ਾਂ ਚ ਚੜ ਕੇ ਇੱਧਰ ਉੱਧਰ ਫਿਰਨ ਤੋਂ ਬਿਨਾ ਇਹਦੇ ਆਪਦੇ ਟੱਬਰ ਟੀਰ ਨੀ ਵਸਾਇਆ ਹੋਇਆ ਰੱਖਿਆ ਹੋਇਆ ਇਹ ਲੋਕਾਂ ਦੇ ਬੱਚਿਆਂ ਦਾ ਕਿਵੇਂ ਸੋਚ ਲੂ ਪਰ ਗੱਲ ਹੁਣ ਇਹ ਆ ਬਈ ਆਹ ਗੱਲ ਸਿਰੇ ਤੇ ਗਈ ਹੋਈ ਆ ਇਹ ਰੌਲੇ ਪਾਉਣੇ ਚਾਹੁੰਦਾ ਬਾਕੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਆਪਣੇ ਦੇਖ ਲਓ ਬੱਚੇ ਜਿਹੜੇ ਇੱਥੇ ਤੁਸੀਂ ਅੱਜ ਆ ਸਾਰੇ ਸਟੂਡੈਂਟ ਨੇ ਆਪਣੇ ਬੱਚੇ ਵੀ ਪੜ੍ਹਦੇ ਗਏ ਨੇ ਹੁਣ ਇਹਨਾਂ ਦੀਆਂ ਜਿਹੜੀਆਂ ਝੂਠ ਧੋਖਾ ਤੜੀਆਂ ਨਹੀਂ ਚੱਲਣੀਆਂ ਪਰ ਤੁਸੀਂ ਇਸੇ ਤਰ੍ਹਾਂ ਹੀ ਜੁੜਦੇ ਰਿਹਾ ਕਰੋ ਜਿਹੜੀ ਘੜੀ ਆ ਉਹ ਨਹੀਂ ਰੁਕਦੀ ਇੱਕ ਸਮਾਂ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ ਤੇ ਆਪਾਂ ਬ੍ਰੇਕ ਤੋਂ ਬਾਅਦ ਜੇ ਤੁਸੀਂ ਕਹਿਣਾ ਚਾਹੁੰਦੇ ਆਪਾਂ ਤੁਹਾਨੂੰ ਜਲਦੀ ਮੈਂ ਇਹੀ ਕਹਿਣਾ ਚਾਹੁੰਦੀ ਆ ਵੱਧ ਤੋਂ ਵੱਧ ਪ੍ਰਚਾਰ ਕਰੋ ਹਲੋ ਜੀ 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 ਛੋਟੀਆਂ ਬੁੱਕਾਂ ਦਾ ਬੋਸ ਪਾ ਕੇ ਆਪਦੇ ਨਾਲ ਦਿਆਂ ਨੂੰ ਸਾਰਿਆਂ ਨੂੰ ਤੇ ਬੱਚੇ ਇੱਥੇ ਪੜੇ ਹੋਏ ਨੇ ਅਸੀਂ ਚਿਰ ਦੇ ਆਏ ਹੋਏ ਆ ਹਨਾ ਕੈਨੇਡਾ ਚ ਤੇ ਇਹ ਜੀ ਗੱਲ ਨੀ ਗੀ ਵੀ ਜੇ ਆਪਾਂ ਇਹ ਵੀ ਨਾ ਕਹੀਏ ਵੀ ਰੌਲਾ ਨਾ ਪਾਈਏ ਰੌਲਾ ਪਾਏ ਤੇ ਵੀ ਨਾ ਬਹੁਤ ਲੋਕ ਦੇਖਦੇ ਨੇ ਕਈ ਫਿਰ ਧਿਆਨ ਲਾ ਕੇ ਜਾਂ ਤੁਸੀਂ ਕੋਈ ਵੀ ਪ੍ਰੋਗਰਾਮ ਕਰਨਾ ਛੋਟੀਆਂ ਛੋਟੀਆਂ ਬੁੱਕਾਂ ਬਣਾ ਕੇ ਨਾਲ ਦਿਆ ਕਰੋ ਵੀ ਅਸਲੀ ਸਾਡਾ ਨਾਲੇ ਫਾਰਮਰ ਨੂੰ ਕੌਣ ਨੀ ਜਾਣਦਾ ਕੋਈ ਨਿੱਕਾ ਮੋਟਾ ਦੇਸ਼ ਨੀ ਜਿਹੜਾ ਕੋਈ ਇਹ ਨੀ ਜਾਣਦਾ ਫਾਰਮਰ ਕੌਣ ਨੇ ਹਨਾ ਇਹ ਤਾਂ ਕਹਿੰਦੇ ਉਹ ਫਾਰਮਰ ਹੈ ਹੀ ਨੀ ਫਿਰ ਇਹ ਪ੍ਰੂਫ ਕਰਨ ਇਹ ਇਹ ਹੁਣ ਬਾਹਰਲਿਆਂ ਨੂੰ ਇਹ ਹਿੰਮਤ ਕਰਨੀ ਪੈਣੀ ਆ ਉੱਥੇ ਤਾਂ ਕੋਈ ਬੋਲਣ ਦੀ ਇਜਾਜ਼ਤ ਨੀ ਦੇਖੋ ਉਹ ਦੋ ਕੁੜੀਆਂ ਭੋਰਾ ਭੋਰਾ ਜਿਹੜੀਆਂ ਵਿਚਾਰੀਆਂ ਮਾੜਾ ਮੋਟਾ ਸੱਚ ਬੋਲਦੀਆਂ ਸੀ ਉਹ ਜੇਲ੍ਹਾਂ ਚ ਸਿੱਟੀਆਂ ਹੋਈਆਂ ਮੈਂ ਕਹਿਣਾ ਨੀ ਚਾਹੁੰਦੀ ਉਹਨਾਂ ਨਾਲ ਕੀ ਕੁਛ ਹੁੰਦਾ ਹਨਾ ਤੇ ਉਹ ਕਹਿੰਦੇ ਡਾਕਟਰੀ ਤੇ ਵੀ ਪਾਬੰਦੀ ਆ ਵੀ ਕਰਾ ਨੀ ਸਕਦੇ ਇਹ ਗੰਦੇ ਲੋਕਾਂ ਨੂੰ ਮੈਂ ਕੀ ਕਹਾਂ ਬਈ ਇਹ ਸਿਰੇ ਲੱਗ ਗਏ ਸਿਰੇ ਲੱਗ ਗਏ ਮਹਾਰਾਜ ਦੀ ਕਿਰਪਾ ਜ਼ਰੂਰ ਹੋਊਗੀ ਇਹ ਜ਼ਰੂਰ ਆਪਣੇ ਨਹੀਂ ਇਹਨਾਂ ਦਾ ਭਾਂਡਾ ਤਾਂ ਭਰ ਕੇ ਹੀ ਫੁੱਟਦਾ ਹੁੰਦਾ ਪਰ ਸਾਡਾ ਤਾਂ ਗੁਰੂ ਤੇ ਭਰੋਸਾ ਪਰ ਅਸੀਂ ਕਿਸੇ ਦਾ ਮਾੜਾ ਨੀ ਕਰਦੇ ਜੇ ਪਰ ਹੁਣ ਕੋਈ ਮਾੜਾ ਕਰੀ ਜਾਂਦਾ ਕਿੰਨਾ ਕੁ ਚਿਰ ਸਿਰ ਨੀਵਾਂ ਕਰਕੇ ਰੱਖਾਂਗੇ ਅੱਜ ਤੁਸੀਂ ਸੁਣ ਲਿਓ ਉਹ ਪੰਜਾਬ ਦੀ ਬੱਚੀ ਮੈਂ ਤਾਂ ਉਹਨੂੰ ਕਹਿੰਦੀ ਹਾਂ ਬੱਲੇ ਬੱਲੇ ਨੀ ਪੰਜਾਬ ਦੀ ਇਹ ਸ਼ੇਰ ਬੱਚੀ ਹੈ ਅੱਜ ਉਹਨੇ ਅੱਖਾਂ ਚ ਪਾਣੀ ਲਿਆ ਤਾਂ ਸੁਣ ਲਿਓ ਤੁਸੀਂ ਹਰਸਿਮਰਤ ਕੌਰ ਆਪਣੇ ਨਾਲ ਜੁੜੇ ਨੇ ਅਮਨਦੀਪ ਸਿੰਘ ਨਿੱਜਰ ਤੁਹਾਡਾ ਨਿੱਘਾ ਸਵਾਗਤ ਹੈ ਜਸਟ ਵਿੱਚ ਹਾਂਜੀ ਸਤਿ ਸ੍ਰੀ ਅਕਾਲ ਜੀ ਲਓ ਜੀ ਆਪਣੇ ਸਟੂਡੈਂਟ ਨੇ ਜਿਹੜੇ ਮੈਂ ਤੁਹਾਨੂੰ ਪੁੱਛਣਾ ਚਾਹੁੰਗਾ ਕਿ ਮੈਨੂੰ ਇੰਨਾ ਕੁ ਤਾਂ ਨੌਲੇਜ ਹੈ ਤੁਹਾਡੇ ਬਾਰੇ ਕਿ ਤੁਸੀਂ ਇੰਡੀਆ ਤੋਂ ਐਸੇ ਸਟੂਡੈਂਟ ਪੜ੍ਹਨ ਲਈ ਆਏ ਸੀ ਤੇ ਆਪਣੇ ਬਾਰੇ ਪਹਿਲਾਂ ਤਾਂ ਆਪਣਾ ਪਿੰਡ ਦੱਸੋ ਤੇ ਆਪਣੇ ਮੰਮੀ ਡੈਡੀ ਤੁਸੀਂ ਇੱਥੇ ਅਮਰੀਕਾ 'ਚ ਕਿੱਦਾਂ ਕੂਚ ਕੀਤੀ ਇਸ ਪਾਸੇ ਨੂੰ ਕਿੱਦਾਂ ਸਾਰੀ ਸਟੋਰੀ ਚੱਲੀ ਇਹ ਥੋੜਾ ਸ਼ਾਰਟਕਟ ਸਮਝਾਓ ਹਾਂਜੀ ਇਹ ਸਾਡਾ ਪਿੰਡ ਹੈ ਜੀ ਜਲੰਧਰ ਹੁਸ਼ਿਆਰਪੁਰ ਰੋਡ ਤੇ ਕਠਾਰ
ਤਾਂ ਮੇਰੇ ਵੱਡੇ ਬ੍ਰਦਰ ਅੱਜ ਤੋਂ ਤਕਰੀਬਨ 15 ਕੁ ਸਾਲ ਪਹਿਲਾਂ ਇੱਥੇ ਆਏ ਸੀ ਅਤੇ ਫਿਰ ਉਹਨਾਂ ਦੀ ਇੱਥੇ ਮੈਰਿਜ ਹੋ ਗਈ, ਉਹ ਇੱਥੇ ਸੈਟਲ ਹੋ ਗਏ ਅਤੇ ਮੇਰੇ ਡੈਡੀ ਪੇ ਉਸ ਟਾਈਮ ਦੁਬਈ ਸੀਗੇ ਅਤੇ ਅਸੀਂ ਜੁਆਇੰਟ ਫੈਮਿਲੀ ਸੀਗੇ, ਸਾਰੇ ਇਕੱਠੇ ਘਰ ਰਹਿੰਦੇ ਸੀ, ਕਿਹੜੇ ਚਾਚਾ ਜੀ ਹੁਣੇ ਉਹਨਾਂ ਦੀ ਸਾਰੀ ਫੈਮਿਲੀ। ਤਾਂ ਫਿਰ ਇੱਦਾਂ ਸਮਾਂ ਬੀਤਦਾ ਗਿਆ ਅਤੇ ਉੱਧਰੋਂ ਮੈਂ ਬੈਚਲਰਸ ਕਰ ਲਈ, ਤਾਂ ਬੈਚਲਰਸ ਇਨ ਮਕੈਨੀਕਲ। ਅਤੇ ਫਿਰ ਮੈਨੂੰ ਵੀ ਸੀਗਾ ਵੀ ਕਦੇ ਵਧੀਆ ਪੜ੍ਹਨ ਜਾਇਆ ਜਾਵੇ, ਅਤੇ ਮੇਰਾ ਏਮ ਸੀਗਾ ਓਹਾਇਓ ਸਟੇਟ ਯੂਨੀਵਰਸਿਟੀ ਦਾ, ਤਾਂ ਉਹਦਾ ਏਮ ਕਰਕੇ ਫਿਰ ਕਿਉਂਕਿ ਮੇਰੇ ਵੱਡੇ ਬ੍ਰਦਰ ਇੱਧਰ ਸੀਗੇ ਅਤੇ ਉਹਨਾਂ ਦੇ ਫਰੈਂਡ ਸੀਗੇ ਉੱਥੇ, ਉਹਨਾਂ ਨੇ ਮੈਨੂੰ ਸਾਰਾ ਗਾਈਡਲਾਈਨ ਵੀ ਦਿੱਤੀ, ਮੋਟੀਵੇਟ ਵੀ ਕੀਤਾ। ਅਤੇ ਫਿਰ ਉੱਥੋਂ ਸਾਰਾ ਮੈਂ ਪੇਪਰ ਵਰਕ ਕਰਕੇ ਯੂਨੀਵਰਸਿਟੀ ਤੋਂ ਅਤੇ ਉੱਧਰੋਂ ਵੀਜ਼ਾ ਮਿਲ ਗਿਆ ਅਤੇ ਫਿਰ ਮੈਂ ਇੱਥੇ ਮਾਸਟਰਸ ਕਰਨ ਲਈ ਇੱਥੇ ਆਇਆ, ਮਾਸਟਰਸ ਇਨ ਮਕੈਨੀਕਲ। ਅਤੇ ਫਿਰ 2 ਕੁ ਸਾਲ ਹੋ ਗਏ ਆ ਹੁਣ, ਮੇਰੇ ਬ੍ਰਦਰ ਹੁਣੀ ਮੇਰੇ ਮੰਮੀ ਡੈਡੀ ਦਾ ਅਪਲਾਈ ਕੀਤਾ ਸੀ, 2 ਕੁ ਸਾਲ ਹੋ ਗਏ ਅਤੇ ਉਹ ਵੀ ਹੁਣ ਇੱਥੇ ਸਾਡੇ ਨਾਲ ਹੀ ਮੂਵ ਕਰ ਗਏ ਇੱਥੇ। ਇੰਡੀਆਨਾ ਦੇ ਵਿੱਚ ਕਿਹੜੀ ਸਟੇਟ 'ਚ ਰਹਿੰਦੇ ਹੋ? ਆਈ ਮੀਨ ਸਰ, ਕਿਹੜੀ ਸਿਟੀ 'ਚ ਰਹਿੰਦੇ ਨੇ ਇੰਡੀਆਨ? ਵੈਸਟ ਸਾਈਡ ਪਲੇਨਫੀਲਡ 'ਚ ਜੀ। ਮੈਂ ਪੁੱਛਣਾ ਚਾਹੂੰਗਾ ਕਿ ਜਿਹੜਾ ਇੱਥੇ ਤੁਸੀਂ ਆਬਵੀਅਸਲੀ ਆ ਦੋ ਯੰਗ ਲੜਕੀਆਂ ਨੂੰ ਸੁਣਿਆ ਕਿ ਇੱਥੇ ਖਾਸ ਪ੍ਰੋਬਲਮਾਂ ਨਹੀਂ ਆਉਂਦੀਆਂ ਜੇ ਪੜ੍ਹਦੇ ਹੋ, ਇਹਦੇ ਬਦਲੇ 'ਚ ਇੰਡੀਆ ਦੇ ਵਿੱਚ ਆਪਾਂ ਨੂੰ ਕਿੱਦਾਂ ਕਿੱਦਾਂ ਦੀਆਂ, ਤੁਸੀਂ ਆਬਵੀਅਸਲੀ ਪੜ੍ਹ ਕੇ ਉੱਥੋਂ ਆਏ ਹੋ, ਕਿੰਨੀਆਂ ਕੁ ਪ੍ਰੋਬਲਮਾਂ ਆਉਂਦੀਆਂ? ਭਾਈ ਪ੍ਰੋਬਲਮ ਬਹੁਤ ਡਿਫਰੈਂਟ ਤਰ੍ਹਾਂ ਦੀਆਂ ਹੈ ਜਿੰਨੀਆਂ ਕਿ ਮੈਨੂੰ ਦੇਖਣ ਨੂੰ ਮਿਲੀਆਂ। ਆਪਾਂ ਉੱਥੇ ਜਿਹੜਾ ਮੇਨ ਤਾਂ ਐਜੂਕੇਸ਼ਨ ਸਿਸਟਮ ਦਾ ਹੀ ਬਹੁਤ ਫਰਕ ਆ, ਅਤੇ ਤੁਸੀਂ ਉੱਥੇ ਕਈ ਵਾਰੀ ਇੱਕ ਐਕਸਪੈਰੀਮੈਂਟਲ ਨੌਲੇਜ ਬਹੁਤ ਘੱਟ ਆ ਉੱਥੇ, ਆਪਾਂ ਕਾਲਜ ਜਾਂਦੇ ਹਾਂ ਇਕੱਲੇ, ਕਈ ਵਾਰੀ ਡਿਗਰੀ ਲੈ ਵੀ ਲਈ ਹੁੰਦੀ ਆ ਉਹ, ਪਰ ਆਪਾਂ ਨੂੰ ਪ੍ਰੈਕਟੀਕਲ ਨਹੀਂ ਉਹਦੇ ਬਾਰੇ ਇੰਨਾ ਜ਼ਿਆਦਾ ਪਤਾ ਹੁੰਦਾ। ਕਾਲਜਾਂ ਤੋਂ ਫੰਡਿੰਗ ਦੀ ਘਾਟ ਵੀ ਹੋ ਸਕਦੀ ਆ, ਅਤੇ ਕੁਛ ਸਰਕਾਰਾਂ ਦੇ ਵੀ ਜਿਹੜੇ ਐਜੂਕੇਸ਼ਨ ਪਲਾਨ ਆ ਉਹਨਾਂ ਵਿੱਚ ਵੀ ਡਿਫਰੈਂਸ ਹੋ ਸਕਦਾ ਆ। ਤੇ ਉਹ ਆਪਾਂ ਨੂੰ ਜਿਹੜੀ ਆਪਾਂ ਕਹਿ ਦੇਈਦਾ ਕਈ ਵਾਰੀ ਨੌਕਰੀ ਨਹੀਂ ਮਿਲੀ, ਉਹ ਨੌਕਰੀ ਆਪਣੇ ਵੀ ਸਕਿੱਲ ਲੈਵਲ ਦਾ ਵੀ ਬਹੁਤ ਫਰਕ ਹੁੰਦਾ। ਤੇ ਪਰ ਜਿਹੜਾ ਇੱਥੇ ਕੰਪੈਰੀਟਿਵ ਕਰਦੇ ਆਪਾਂ ਗੱਲ, ਇੱਥੇ ਜਦੋਂ ਤੁਸੀਂ ਜਾਣੀ ਚੱਲਦੇ ਹੁੰਦੇ ਆ, ਪੜ੍ਹਾਈ ਚੱਲਦੀ ਹੁੰਦੀ ਆ, ਉਦੋਂ ਹੀ ਨਾਲ ਰਿਸਰਚ ਲੈਬਾਂ ਬਹੁਤ ਤਕੜੀਆਂ ਹੈ ਨਾ ਯੂਨੀਵਰਸਿਟੀਆਂ ਦੀਆਂ, ਤੇ ਨਾਲ ਹੀ ਆਪਣੇ ਕੋਲ ਹੱਥ 'ਚ ਸਕਿੱਲ ਵੀ ਆ ਜਾਂਦਾ ਆ, ਤਾਂ ਉਹਦੇ ਕਰਕੇ ਉਹ ਹੈਲਪਫੁਲ ਹੁੰਦੀ ਆ ਉਹ, ਸੋ ਬਹੁਤ ਫਰਕ ਰਹਿ ਜਾਂਦਾ। ਇਸ ਕਰਕੇ ਜਦੋਂ ਹੀ ਪੜ੍ਹਾਈ ਪੂਰੀ ਹੁੰਦੀ ਆ ਨਾਲ ਹੀ ਤੁਸੀਂ ਪ੍ਰੋਫੈਸ਼ਨਲ ਬਣ ਜਾਂਦੇ ਉਦੋਂ ਹੀ। ਇਸੇ ਤਰ੍ਹਾਂ ਇੱਕ ਮਿੰਟ ਜੁੜੇ ਰਹੋ, ਆਪਣੇ ਨਾਲ ਕਾਲਰ ਜੁੜੇ ਨੇ, ਇੱਕ ਮਿੰਟ ਤੇ ਆਪਾਂ ਉਹਨਾਂ ਨੂੰ ਇੱਕ ਮਿੰਟ ਕਾਲ ਤੇ ਲੈਨੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਹਾਂਜੀ, ਤੁਸੀਂ ਆਨ ਏਅਰ ਹੋ ਜੀ, ਸਵਾਗਤ ਹੈ ਤੁਹਾਡਾ ਜਸ ਜੀ ਵੀ ਤੇ ਜੀ। ਅੱਛਾ ਜੀ, ਠੀਕ ਆ ਜੀ। ਆਪਣਾ ਨਾਮ ਕੀ ਆ ਜੀ? ਮੇਰਾ ਨਾਮ ਗੁਰਨਾਮ ਹੈ। ਠੀਕ ਹੈ ਗੁਰਨਾਮ ਸਿੰਘ ਜੀ, ਤੁਸੀਂ ਇਹ ਜਿਹੜੇ ਆਪਣੇ ਜੰਗ ਬੱਚੇ ਆ ਅੱਜ ਤੋਂ ਆਬਵੀਅਸਲੀ ਤੁਸੀਂ ਦੇਖ ਰਹੇ ਆ ਲਾਈਵ ਸ਼ੋਅ ਤੇ, ਕੀ ਕਹਿਣਾ ਚਾਹੋਗੇ ਇਹਨਾਂ ਨੂੰ? ਜੀ ਬਹੁਤ ਖੁਸ਼ੀ ਹੁੰਦੀ ਆ ਜਦੋਂ ਇਹ ਬੱਚੇ ਦੇਖਦੇ ਆ, ਆਪਣਾ ਸਾਰਾ ਕੁਛ ਦੱਸਦੇ ਨੇ, ਕਿੱਦਾਂ ਨੇ ਸਟਰਗਲਾਂ ਕੀਤੀਆਂ, ਕਿੱਦਾਂ ਕਾਮਯਾਬ ਹੋਏ ਆ ਔਰ ਹੋ ਰਹੇ ਆ। ਬਸ ਮੈਂ ਕੀ ਕਹੂੰਗਾ ਇਹਨਾਂ ਬੱਚਿਆਂ ਨੂੰ ਵੀ ਜਿੱਦਾਂ ਨਾ ਵੀ ਆਪਣੇ ਕਲਚਰ ਵਿੱਚ ਰਹਿਣ ਔਰ ਦੂਜਿਆਂ ਨੂੰ ਰੱਖਣ ਦੀ ਟਰਾਈ ਕਰਨ, ਵੀ ਜਿੱਦਾਂ ਇਹ ਜੀ ਆਉਣ ਵਾਲੇ ਸਮੇਂ 'ਚ ਇਹਨੀ ਵੀ ਇੱਕ ਦਿਨ ਉਮਰ ਦੇ ਹਿਸਾਬ ਨਾਲ ਜਾਣਾ, ਵੀ ਜੇ ਆਪਣੇ ਸਕੂਲ ਬਣਾਏ ਜਾਣ ਇੱਧਰ ਹੈ ਨਾ ਪੰਜਾਬੀ ਸਕੂਲ, ਤੇ ਬਹੁਤ ਵਧੀਆ ਆ, ਬਹੁਤ ਚੰਗੀ ਗੱਲ ਆ ਜੇ ਚੀਜ਼ ਕਰਕੇ ਨਾ ਗੁਰਦੁਆਰੇ। ਹਾਂਜੀ, ਗੁਰਦੁਆਰੇ ਜਿੰਨੇ ਬਣਜੀ ਮਰਜੀ ਬਣਾ ਲਓ, ਗੁਰਦੁਆਰੇ ਤਾਂ ਅੱਜ ਇੱਕ ਹੱਟੀਆਂ ਬਣ ਕੇ ਰਹਿ ਗਏ ਨੇ, ਤੇ ਮਤਲਬ ਸਕੂਲ ਬਣਾਏ ਜਾਣ। ਸਾਡੇ ਤੇ ਬ੍ਰੈਂਪਟਨ 'ਚ ਇੱਕ ਸਕੂਲ ਬਣਾਇਆ, ਯਾਨੀ ਕਿ 10ਵੀਂ ਤੱਕ ਖਾਲਸਾ ਸਕੂਲ ਜੀ ਬਣਾਇਆ, ਬਹੁਤ ਵਧੀਆ, ਉੱਥੇ ਬੱਚੇ ਪੜ੍ਹਦੇ ਨੇ, ਬੜੀ ਖੁਸ਼ੀ ਹੁੰਦੀ ਆ। ਏਦਾਂ ਹੀ ਇੱਕ ਆ ਸਾਡਾ ਜਿਹੜਾ ਨਵਾਂ ਯੂਥ ਆ, ਇਹ ਚੱਕਣ ਚੱਕੇ ਜਿਹੜੇ ਪੁਰਾਣੇ ਸਾਡੇ ਬੰਦੇ ਜਿਹੜੇ ਪਹਿਲਾਂ ਦੇ ਆਏ ਆ, ਉਹ ਫਿਰ ਗੁਰਦੁਆਰਿਆਂ ਤੱਕ ਹੀ ਸਹਿਮਤ ਰਹਿ ਗਏ। ਜਿੰਨਾ ਸਾਡਾ ਯੂਥ ਆ ਜੀ, ਜੇ ਗੁਰਦੁਆਰੇ ਜਾਂਦੇ, ਇਹਨਾਂ ਨੂੰ ਕੁਛ ਨੀ ਵਿਚਾਰਿਆਂ ਨੂੰ ਪਤਾ ਲੱਗਦਾ, ਕਿਉਂ ਪੰਜਾਬੀ ਆਉਂਦੀ ਨੀ, ਇੰਗਲਿਸ਼ ਬੋਲਦੇ ਆ, ਤੇ ਜਿੰਨਾ ਆਪਣਾ ਲਿਟਰੇਚਰ ਆ ਗੁਰਬਾਣੀ ਦਾ ਸਭ ਪੰਜਾਬੀ ਚ ਆ, ਇਹ ਚਾਹੇ ਜਾਣ ਜਾਂ ਨਾ ਜਾਣ ਇਹਦਾ ਕੋਈ ਇਹਨਾਂ ਨੂੰ ਫਾਇਦਾ ਨੀ ਹੁੰਦਾ। ਇਹ ਚੀਜ਼ਾਂ ਸਕੂਲ ਦੇ ਵਿੱਚ। ਹਾਂਜੀ ਹਾਂਜੀ, ਮੈਂ ਕਿਹਾ ਤੁਹਾਡਾ ਬਹੁਤ ਧੰਨਵਾਦ ਜਿਹੜੀ ਤੁਸੀਂ ਆ ਦਿੱਤੀ ਆ, ਇਹਨਾਂ ਨੂੰ ਹੌਸਲਾ ਦਿੱਤਾ ਕਿ ਇਹ ਜੂਸ ਜਿਹੜਾ ਆਪਣਾ ਜਾਵੇ ਸਕੂਲਾਂ ਨੂੰ, ਤਾਂ ਕਿ ਹੋਰ ਵੀ ਆਉਣ ਵਾਲੀ ਪੀੜ੍ਹੀਆਂ ਨੂੰ ਪੰਜਾਬੀ ਦਾ ਪਤਾ ਲੱਗੇ, ਤੇ ਜਾਂਦੇ ਜਾਂਦੇ ਪੰਜਾਬੀ ਦਾ। ਹਾਂਜੀ ਚੰਗਾ ਜੀ ਭਾਜੀ, ਠੀਕ ਆ, ਧੰਨਵਾਦ ਜੀ, ਤੁਸੀਂ ਧੰਨਵਾਦ ਤੁਹਾਡਾ ਬਹੁਤ। ਓਕੇ ਸਤਿ ਸ਼੍ਰੀ ਅਕਾਲ। ਓਕੇ ਸਤਿ ਸ਼੍ਰੀ ਅਕਾਲ ਜੀ। ਅਮਨ ਸਿੰਘ ਦੀਪ ਸਿੰਘ ਜੀ, ਤੁਸੀਂ ਦੇਖਿਆ ਕਿ ਆਪਣੇ ਗੁਰਨਾਮ ਸਿੰਘ ਜੀ ਜੋ ਬ੍ਰਾਮਟਨ ਟੋਰਾਂਟੋ ਤੋਂ ਜਿਹਨਾਂ ਨੇ ਕਾਲ ਕੀਤੀ ਕਿ ਉਹ, ਉਹਨਾਂ ਨੂੰ ਬਹੁਤ ਵਧੀਆ ਲੱਗਾ। ਮੈਂ ਤੁਹਾਨੂੰ ਇੱਕ ਵਾਪਸ ਆਪਾਂ ਇਸ ਟੋਪਿਕ ਤੇ ਆਉਣੇ ਕਿ ਜਿਹੜੀਆਂ ਇੱਥੇ ਦੀਆਂ ਗੌਰਮੈਂਟਾਂ ਤੁਸੀਂ ਆ ਕੇ ਦੇਖੀਆਂ ਇੰਡੀਆ ਤੋਂ, ਮੈਨੂੰ ਤਾਂ ਇਹਨੂੰ ਕਾਫੀ ਟਾਈਮ ਹੋ ਗਿਆ, ਕਿ ਤੁਹਾਨੂੰ ਕੀ ਲੱਗਦਾ ਕੀ ਫਰਕ ਆ ਜਿਹੜੀ ਇੰਡੀਆ ਦੀ ਗੌਰਮੈਂਟ ਤੇ ਇੱਥੇ ਦੀ ਗੌਰਮੈਂਟ, ਜਾਂ ਇੱਥੇ ਗੌਰਮੈਂਟ ਦਾ ਮੈਨੂੰ ਇੰਨਾ ਪਤਾ ਪ੍ਰਮੋਟ ਕਰਨਾ ਚਾਹੁੰਦੀ ਯੰਗਸਟਰਾਂ ਨੂੰ ਕਿ ਤੁਸੀਂ ਪੜ੍ਹੋ, ਤੇ ਇੰਡੀਆ ਬਾਰੇ ਤੁਸੀਂ ਇਹ ਕੀ ਡਿਫਰੈਂਟ ਦੱਸੋ, ਜਿਹੜੇ ਇੱਥੇ ਬਾਰੇ ਤੇ ਕੀ ਮੁਸ਼ਕਲਾਂ ਤੁਸੀਂ ਗੱਲ ਕਰਦੇ? ਹਾਂਜੀ, ਜਿਹੜੀ ਮੇਨ ਜਿਹੜਾ ਆਪਾਂ ਡਿਫਰੈਂਸ ਦੇਖੀ ਉਹ ਤਾਂ ਜਦੋਂ ਜੇ ਆਪਾਂ ਗੱਲ ਕਰੀ ਲਈਏ ਡੈਮੋਕਰੇਸੀ ਹੈ ਨਾ ਜੀ, ਜਿਹੜੀ ਇੰਡੀਆ ਦੀ ਡੈਮੋਕਰੇਸੀ ਤਾਂ ਬਹੁਤ ਵੱਡੀ ਹੈ, ਪਰ ਉਹ
ਐਪਲੀਕੇਬਲ ਨਹੀਂ ਹੈਗੀ ਕਿਤੇ ਹਨਾ, ਉਹ ਲਾਗੂ ਨਹੀਂ ਕਰਦੇ ਕਿਤੇ. ਹੁਣੇ ਆਪਾਂ ਦੇਖ ਵੀ ਰਹੇ ਹਾਂ ਵੀ ਉੱਥੇ ਕੋਈ ਫਰੀਡਮ ਨਹੀਂ ਮਿਲ ਰਹੀ. ਜਿਹੜੀ ਡੈਮੋਕ੍ਰੇਸੀ ਪੂਰੀ ਲਾਗੂ ਕਰਨ ਦੀ ਗੱਲ ਆ, ਉਹ ਅਮਰੀਕਾ 'ਚ ਹੀ ਆ, ਜਿਹਨੂੰ ਆਪਾਂ ਕਹਿ ਸਕਦੇ ਹਾਂ ਪਿਓਰ ਡੈਮੋਕ੍ਰੇਸੀ, ਹਰੇਕ ਦੀ ਵੋਇਸ ਆ. ਮੇਨ ਡਿਫਰੈਂਸ ਹੋਈ, ਜੇ ਡੈਮੋਕ੍ਰੇਸੀ ਲਾਗੂ ਆ ਸਾਰਾ ਕੁਛ ਸਹੀ ਆ, ਜੇ ਡੈਮੋਕ੍ਰੇਸੀ ਨਹੀਂ ਤੇ ਫਿਰ ਤਾਂ ਜੋ ਮਰਜ਼ੀ ਹੈ ਨਾ, ਫਿਰ ਤਾਂ ਫੈਡਰਲਿਜ਼ਮ ਹੋ ਗਿਆ ਜਾਂ ਫਾਸਿਜ਼ਮ ਹੋ ਗਿਆ, ਉਹ ਜਿਹੜੇ ਵੱਖਰੇ ਆ ਉਹ ਤਾਂ ਫਿਰ ਰਹਿ ਜਾਂਦੇ ਨਾ, ਜਦ ਤੱਕ ਡੈਮੋਕ੍ਰੇਸੀ ਤੁਸੀਂ ਪੂਰੀ ਲਾਗੂ ਨਹੀਂ ਕਰ ਰਹੇ. ਇਹਦਾ ਮਤਲਬ ਇਹ ਆ ਕਿ ਜਿਹੜੀ ਡੈਮੋਕ੍ਰੇਸੀ ਇੰਡੀਆ ਦੀ ਆ, ਉਹ ਇੱਕ ਨਾਂ ਦੀ ਤੇ ਲਿਖੀ ਹੋਈ ਡੈਮੋਕ੍ਰੇਸੀ ਆ, ਲੇਕਿਨ ਡੈਮੋਕ੍ਰੇਸੀ ਹੈ ਨਹੀਂ. ਹਾਂਜੀ, ਲਿਖ ਬਹੁਤ ਵੱਡੀ ਦਿੱਤੀ ਆ ਜੀ. ਜਿਹੜੀ ਮੇਨ ਗੱਲ ਆ, ਜਿਹੜਾ ਅਮਰੀਕਨ ਕਨਸਟੀਟਿਊਸ਼ਨ ਆ, ਇੱਥੇ ਕਿ ਮੈਂ ਲਾਅ ਦਾ ਸਟੂਡੈਂਟ ਤਾਂ ਨਹੀਂ ਹੈਗਾ, ਪਰ ਮੈਨੂੰ ਵੀ ਕਨਸਟੀਟਿਊਸ਼ਨ ਪੜ੍ਹਨ ਦਾ ਮੌਕਾ ਮਿਲਿਆ, ਛੋਟਾ ਜਿਹਾ ਹੈਗਾ ਆ, ਬਹੁਤ ਐਂ ਟੂ ਦਾ ਪੁਆਇੰਟ ਆ, ਸਾਰਿਆਂ ਲਈ ਸਮਝਣ ਲਈ ਆ. ਨਾਲੇ ਹਰੇਕ ਥਾਂ ਮਿਲਦਾ ਤੁਹਾਨੂੰ, ਹਰੇਕ ਲਾਇਬ੍ਰੇਰੀ 'ਚ, ਹਰੇਕ ਕਿਤੇ ਵੀ ਮਾੜੇ ਮੋਟੇ ਬੁੱਕ ਸ਼ਾਪ 'ਤੇ ਉਹ ਮਿਲ ਜਾਂਦਾ ਆ, ਅਤੇ ਪੜ੍ਹੋ ਤੁਸੀਂ ਸਾਰਾ ਕੁਛ, ਤੁਹਾਨੂੰ ਆਪਣੇ ਰਾਈਟਸ ਪਤਾ ਲੱਗਦੇ ਆ, ਅਤੇ ਬੜਾ ਵਧੀਆ ਆ ਜੀ, ਸਾਰਾ ਕੁਛ ਐਪਲੀਕੇਬਲ ਕਰਦੇ ਆ, ਜਿੱਦਾਂ ਵੀ ਅਮੈਂਡਮੈਂਟਸ ਜਿਹੜੀਆਂ ਹੈਗੀਆਂ ਆ, ਬਿੱਲ ਆਫ ਰਾਈਟਸ ਆ, ਸਾਰਾ ਕੁਛ ਉੱਦਾਂ ਹੀ ਲਾਗੂ ਹੁੰਦਾ ਆ. ਤੁਸੀਂ ਗੱਲ ਕੀਤੀ ਕਨਸਟੀਟਿਊਸ਼ਨ ਦੀ, ਜਿਹੜੇ ਇੱਥੇ ਰਾਈਟ ਆ, ਜਿਹੜੇ ਜਿੱਦਾਂ ਤੁਸੀਂ ਬਾਹਰਲੀ ਕੰਟਰੀ ਤੋਂ ਵੀਜ਼ਾ ਲੈ ਕੇ ਆਏ ਆ, ਇਹ ਲੋਕੀ ਤੁਹਾਨੂੰ ਫੋਰਨਰ ਹੋਣ ਦੇ ਬਾਵਜੂਦ ਵੀ ਕਹਿੰਦੇ ਨੇ ਤੁਹਾਨੂੰ ਆ ਰਾਈਟ ਨੇ, ਉਹ ਰਾਈਟ ਮਿਲਦੇ ਆ ਜਾਂ ਇੰਡੀਆ ਨੂੰ ਲਿਖਿਆ ਹੋਇਆ ਖਾਲੀ ਮਿਲਦਾ ਕੱਖ ਨਹੀਂ ਲੇਕਿਨ ਲਿਖਿਆ ਹੀ ਹੋਇਆ? ਨਹੀਂ, ਅੱਜ ਤੱਕ ਜਿੰਨਾ ਟਾਈਮ ਹੋ ਗਿਆ, 5-6 ਸਾਲ, ਆਪਾਂ ਨੂੰ ਤਾਂ ਕਦੀ ਕੋਈ ਫਰਕ ਨਹੀਂ ਲੱਗਾ ਜੀ, ਚਾਹੇ ਕੋਈ ਪਬਲਿਕ ਪਲੇਸ ਆ, ਚਾਹੇ ਕੋਈ ਸਟੇਟ ਬਿਲਡਿੰਗ ਆ, ਜਾਂ ਕੋਈ ਫੈਡਰਲ ਬਿਲਡਿੰਗ ਆ, ਜਿੱਥੇ ਵੀ ਜਾਣ ਦਾ ਮੌਕਾ ਮਿਲਿਆ, ਕਦੀ ਕੋਈ ਫਰਕ ਨਹੀਂ ਲੱਗਾ. ਐਨ ਆਪਾਂ ਜਿੱਦਾਂ ਹੁੰਦੇ ਜਾਂ ਰੈਗੂਲਰ ਸਿਟੀਜਨ, ਉਹੀ ਐਨ ਸਾਰੀਆਂ ਆਪਾਂ ਓਪਰਚੁਨਿਟੀਆਂ ਇੰਜੋਏ ਕਰਦੇ ਹਾਂ, ਕੋਈ ਫਰਕ ਨਹੀਂ ਲੱਗਾ ਕਦੇ. ਆਬਵੀਅਸਲੀ ਤੁਹਾਡੇ ਜਿਹੜੇ ਕੁਛ ਪਿੱਛੇ ਫਰੈਂਡ ਰਹਿ ਗਏ ਹੋਣਗੇ, ਜਿਹੜੇ ਉੱਥੇ ਇੰਡੀਆ ਦੇ ਵਿੱਚ ਨੇ ਜਾਂ ਕਿਸੇ ਸਟਰਗਲ ਕਰਕੇ ਉਹ ਨਹੀਂ ਆ ਸਕੇ ਇੱਥੇ, ਤੁਹਾਨੂੰ ਉਹਨਾਂ ਨਾਲ ਗੱਲ ਵੀ ਕਰਦੇ ਹੋ, ਕੀ ਫਰਕ ਲੱਗਿਆ ਕਿ ਉਹਨਾਂ ਦੀ ਲਾਈਫ 'ਤੇ ਤੁਹਾਡੀ ਲਾਈਫ 'ਚ ਕਿੰਨਾ ਵੱਡਾ ਅੰਤਰ ਆ? ਮੇਨ ਤਾਂ ਹੀ ਹਰੇਕ ਦਾ ਆਪਣਾ ਆਪਣਾ ਮੋਟਿਵ ਹੁੰਦਾ ਨਾ, ਵੀ ਕੋਈ ਕਹਿੰਦਾ ਵੀ ਮੈਂ ਉੱਥੇ ਆਪਣਾ ਉੱਥੇ ਬਿਜ਼ਨਸ ਹੁੰਦਾ, ਕਈ ਵਾਰੀ ਜੇ ਉੱਥੇ ਵੀ ਬਿਜ਼ਨਸ ਵਧੀਆ ਆ ਚਲੋ ਉਹ ਵੀ ਬਹੁਤ ਵਧੀਆ ਆ, ਕਈਆਂ ਦੇ ਹੁੰਦੇ ਵੀ ਤਾਂ ਆਪਣਾ ਹੁੰਦਾ ਵੀ ਮੈਂ ਬਾਹਰ ਜਾਣਾ ਆ, ਜਾਂ ਕੋਈ ਫੈਮਿਲੀ ਮੈਂਬਰ ਹੁੰਦਾ ਆ ਉਹ ਤੋਂ ਇੰਸਪਾਇਰ ਹੁੰਦਾ ਆ. ਮੇਨ ਤਾਂ ਉੱਥੇ ਜਦੋਂ ਫਿਰ ਰਹਿ ਜਾਂਦੇ, ਉੱਥੇ ਫਿਰ ਜਾਂ ਤਾਂ ਜੋਬਾਂ ਨਹੀਂ ਮਿਲਦੀਆਂ, ਫਿਰ ਘਰ ਦੀ ਜੇ ਜ਼ਮੀਨ ਖੁੱਲੀ ਆ ਫਿਰ ਖੇਤੀ ਦੀ ਓਪਰਚੁਨਿਟੀ ਰਹਿ ਜਾਂਦੀ ਆ, ਅਤੇ ਜੇ ਜ਼ਮੀਨ ਖੁੱਲੀ ਆ ਫਿਰ ਤਾਂ ਵਧੀਆ ਚੱਲਦਾ ਰਹਿੰਦਾ ਆ. ਅਤੇ ਜੇ ਤੁਸੀਂ ਸਮਝ ਲਓ ਵੀ ਇਕੱਲੀ ਜੋਬ ਦੇ ਸਿਰ 'ਤੇ ਰਿਲਾਈ ਕਰਨਾ ਆ, ਜੋਬ ਦੇ ਸਿਰ ਥੋੜ੍ਹਾ ਔਖਾ ਹੋ ਜਾਂਦਾ ਉੱਥੇ, ਜਾਂ ਕੋਈ ਬਿਜ਼ਨਸ ਸਟੈਬਲਿਸ਼ਡ ਹੋਵੇ ਪੱਕਾ ਤਾਂ. ਹਾਂਜੀ, ਜੋਬ ਨਹੀਂ ਇਕੱਲੀ ਤੇ ਰਿਲਾਈ ਹੁੰਦਾ. ਜਿਹੜਾ ਹੁਣ ਦੇਖਿਆ ਜਾਏ ਜਿਹੜੇ ਕਾਲੇ ਕਾਨੂੰਨ ਆ, ਜ਼ਮੀਨ ਤਾਂ ਸਰਕਾਰ ਖੋਣ ਨੂੰ ਫਿਰਦੀ, ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਊਗਾ? ਹਾਂਜੀ ਹਾਂਜੀ, ਇਹ ਤਾਂ ਜੀ ਕੀ ਕਹਿੰਦੇ ਹੁੰਦੇ ਆ, ਬਹੁਤ ਲੀਥਲ ਆ, ਜਿਹਨੂੰ ਕਹਿੰਦੇ ਨਾ ਵੀ ਇਹ ਬਹੁਤ ਮਾਰੂਗਾ ਨਾ, ਵੀ ਜ਼ਮੀਨਾਂ ਹੀ ਤਾਂ ਮੇਨ ਆ ਪੰਜਾਬ ਦੀ ਧਰਤੀ, ਇੱਕ ਆਪਾਂ ਬ੍ਰੈਡ ਬਾਸਕਿਟ ਕਹਿ ਦੇ, ਫੂਡ ਬਾਸਕਿਟ ਕਹਿ ਲਓ ਉਹਨੂੰ, ਮੇਨ ਜਿਹੜਾ ਆਕੂਪੇਸ਼ਨ ਆ 70% ਤਾਂ ਆਪਾਂ 80% ਖੇਤੀ ਕਰਦੇ ਹਾਂ, ਤੇ ਖੇਤੀ ਕਰਦੇ ਵੀ ਚਲੋ ਜਦੋਂ ਇਹਨਾਂ ਨੂੰ ਲੋੜ ਸੀਗੀ, ਆਪਾਂ ਗ੍ਰੀਨ ਰੈਵੋਲਿਊਸ਼ਨ ਵੀ ਲਿਆਂਦਾ, ਜਿਹੜੀ ਚੀਜ਼ ਇਹ ਲਾਉਣ ਨੂੰ ਕਹਿੰਦੇ, ਭਾਵੇਂ ਝੋਨਾ ਵੀ ਲਾਤਾ, ਅਸੀਂ ਤਾਂ ਸੁੱਕੀ ਸੀਗੀ ਜ਼ਮੀਨ, ਉੱਥੇ ਪਾਣੀ ਲਾ ਕੇ ਝੋਨਾ ਵੀ ਲਾਤਾ ਅਸੀਂ ਤਾਂ, ਹਰੇ ਤਾਂ. ਪਰ ਫਿਰ ਵੀ ਹੁਣ ਇਹੋ ਜਿਹੜੀਆਂ ਵੱਡੀਆਂ ਕਾਰਪੋਰੇਸ਼ਨਾਂ ਨੂੰ ਦੇਣ ਦੀ ਗੱਲ ਕਰਦੇ ਆ, ਉਹਦੇ ਵਿੱਚ ਤਾਂ ਫਿਰ ਉੱਥੇ ਜਾਂ ਫਿਰ ਇਹਨਾਂ ਦਾ ਕੋਈ ਪਲਾਨ ਵੀ ਹੋਵੇ ਨਾ, ਵੀ ਜ਼ਮੀਨ ਚਲੋ ਵੀ ਹੋਰ ਹੈਗਾ ਵੀ ਹੋਰ ਜੋਬਾਂ ਕ੍ਰੀਏਟ ਕਰ ਰਹੇ ਆ, ਵੀ ਥੋੜ੍ਹੇ ਡੇਵੇਟ ਕਰਨਾ ਚਾਹੁੰਦੇ ਆ, ਵੀ ਥੋੜ੍ਹੇ ਯੂਥ ਹੈਗੇ ਕੋਈ ਹੋਰ ਪਾਸੇ ਲੱਗ ਜਾਵੇ, ਪਰ ਹੋਰ ਕੋਈ ਪਲਾਨ ਹੈ ਨੀਗਾ ਉਹਦੇ ਬਰੋਬਰ. ਉਹਦੇ ਵਿੱਚ ਉਹ ਕੀ ਕਰਦੇ ਕਿ ਹੁਣ ਜਿਹੜੀਆਂ ਜ਼ਮੀਨਾਂ ਜਾਣੀਆਂ ਆ, ਉਹ ਵੀ ਕੁਛ ਪਲਾਨ ਵੀ ਹੋਵੇ ਨਾ, ਜਾਂ ਵੀ ਹੁਣ ਸ਼ਹਿਰਾਂ ਨੂੰ ਕਿੰਨਾ ਕੁ ਮੂਹ, ਸ਼ਹਿਰ ਤੱਕ, ਸ਼ਹਿਰਾਂ 'ਚ ਤਾਂ ਅੱਗੇ ਕੁਛ ਹੈ ਨੀ, ਜਾਂ ਸ਼ਹਿਰਾਂ ਕਿੰਨਾ ਕੁ ਮੂਹ ਕਰ ਜੂਗੀ ਹੁਣ ਪੋਪੂਲੇਸ਼ਨ, ਇਸ ਕਰਕੇ ਬਹੁਤ ਔਖਾ, ਜਾਣੀ ਕਿ ਇਹਦਾ ਬਹੁਤ ਸੰਜੀਦਗੀ ਨਾਲ ਸੋਚਣ ਵਾਲੀ ਗੱਲ ਹੀ ਆ, ਜਿੰਨਾ ਆਪਣਾ ਕਰ ਸਕਦੇ ਆ ਆਪਾਂ ਨੂੰ ਫਾਈਟ ਕਰਨਾ ਚਾਹੀਦਾ. ਤਾਂ ਮਤਲਬ ਕੋਈ ਇੰਡਸਟਰੀ ਨੇ ਪਲਾਨ ਨਹੀਂ ਹੈ. ਅਮਨਦੀਪ ਸਿੰਘ ਜੀ, ਤੁਹਾਡਾ ਬਹੁਤ ਧੰਨਵਾਦ ਜਿਹੜਾ ਤੁਸੀਂ ਟਾਈਮ ਕੱਢਿਆ ਜਸ ਟੀਵੀ ਲਈ, ਤੇ ਮੈਂ ਇੱਕ ਵਿਹੜਾ ਹੋ ਗਿਆ ਬ੍ਰੇਕ ਦਾ, ਮੈਂ ਤੁਹਾਨੂੰ ਇੱਕ ਇਨਫੋਰਮੇਸ਼ਨ ਅਮਨਦੀਪ ਬਾਰੇ ਦੱਸਣੀ ਚਾਹੁੰਦਾ ਕਿ ਇਹ ਮੁੰਡਾ ਇੱਥੇ ਆਇਆ ਹੋਇਆ ਸਟੂਡੈਂਟ ਤੇ ਹਾਲੇ ਵੀ ਅਵੇਲੇਬਲ ਆ, ਇਹ ਲੱਭਦਾ ਪਿਆ ਵੀ ਕਿ ਵਿਆਹ ਹੋ ਜਾਵੇ ਮੈਂ ਵੀ ਇੱਥੇ ਸੈਟਲ ਹੋ ਜਾ, ਕੋਈ ਪੰਜਾਬੀ ਕੁੜੀ ਕੋਈ ਦਿੱਕਤ ਨਹੀਂ ਹੈ, ਲੇਕਿਨ ਸਰਦਾਰ ਬੰਦਾ ਪੱਗ ਦੀ ਪ੍ਰੋਬਲਮ ਕਈਆਂ ਨੂੰ ਆਉਂਦੀ ਆ. ਮੈਂ ਕਹਿਣਾ ਚਾਹੁੰਦਾ ਆਪਣੇ ਟੀਵੀ ਦੇ ਮਾਧਿਅਮ, ਯਾਰ ਪੱਗ ਨਾ ਦੇਖਿਆ ਕਰੋ, ਬੰਦੇ ਦੇ ਵਿਚਾਰ ਦੇਖੋ, ਉਹਦੀ ਜਿਹੜੀ ਆ ਐਜੂਕੇਸ਼ਨ ਦੇਖੋ, ਉਹਦਾ ਜਿਹੜਾ ਬੰਦਾ ਇੰਡੀਆ ਤੋਂ ਪੜ੍ਹ ਕੇ ਇੱਥੇ ਆ ਗਿਆ ਕੁਛ ਨਾ ਕੁਛ ਤਾਂ ਕੋਲ ਹੋਊਗਾ. ਤੇ ਇਸੇ ਤਰ੍ਹਾਂ ਮੈਂ ਕਹੂੰਗਾ ਜੇ ਕਿਸੇ ਵੀਰ ਨੂੰ ਲੋੜ ਹੋਵੇ ਤੁਸੀਂ ਮੈਨੂੰ ਵੀ ਕੰਟੈਕਟ, ਹੋਰ ਵੀ ਕਰ ਸਕਦੇ ਹੋ, ਜੇ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਚਾਹੀਦੀ ਇਹਦੇ ਬਾਰੇ ਤਾਂ ਮੈਂ ਤੁਹਾਨੂੰ ਜ਼ਰੂਰ ਦੱਸੂਗਾ. ਇਹ ਬੰਦਾ ਆਪਣੇ ਲਈ ਇੱਕ ਬਹੁਤ ਵਧੀਆ ਸਿੱਖ ਪਰਿਵਾਰ ਹੋਵੇ ਜਾਂ ਵਧੀਆ ਲੜਕੀ ਲੱਭ ਰਿਹਾ ਪੜ੍ਹੀ ਲਿਖੀ ਹੋਵੇ, ਤੇ ਕੀ ਇਹ ਟਰੂ ਆ ਸਾਰਾ? ਜਲਦੀ 30 ਸੈਕਿੰਡ ਮੈਂ ਦੱਸਿਓ. ਹਾਂਜੀ, ਸਾਰਾ ਕੁਛ ਠੀਕ ਹੈ, ਬਸ ਸਿੱਖੀ ਪਰਿਵਾਰ ਨਾਲ ਸ਼ੁਰੂ ਤੋਂ ਪੰਜਾਬ ਨਾਲ ਜੁੜੇ ਹੋ ਆਪਾਂ, ਜੋ ਕਰਦੇ ਕਰਨਗੇ ਉਹ ਠੀਕ ਹੈ, ਠੀਕ ਹੈ ਜੀ ਬਸ. ਹਾਂਜੀ, ਬਹੁਤ ਜ਼ਿਆਦਾ ਧੰਨਵਾਦ ਤੁਸੀਂ ਅੱਜ ਟੀਵੀ ਲਈ ਟਾਈਮ ਕੱਢਿਆ, ਜਸ ਟੀਵੀ ਲਈ, ਤੇ ਆਪਾਂ ਦਿਓ ਇੱਕ ਵਿਹੜਾ ਹੋ ਗਿਆ, ਛੋਟੀ ਜਿਹੀ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ. ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ.
ਹਾਜ਼ਰ ਹਾਂ ਉਹੀ ਸਿਲਸਿਲਾ ਲੈ ਕੇ ਉੱਤੇ ਹੁਣ ਆਪਣੇ ਨਾਲ ਨਵੇਂ ਸਟੂਡੈਂਟ ਜਿਹੜੇ ਇੱਥੋਂ ਗ੍ਰੈਜੂਏਟ ਹੋ ਚੁੱਕੇ ਨੇ ਜਿਨ੍ਹਾਂ ਨੇ ਬਹੁਤ ਵਧੀਆ ਐਜੂਕੇਸ਼ਨ ਲੈ ਕੇ ਆਪਣਾ ਸਫਲ ਹੋਇਆ ਉਹਨਾਂ ਨੂੰ ਸਫਲਤਾ ਮਿਲੀ ਆ ਜਿਹੜੇ ਕਾਫੀ ਦੇਰ ਤੋਂ ਇੱਥੇ ਉਹ ਵੀ ਇੰਡੀਆਨਾਪਲਿਸ 'ਚ ਰਹਿ ਰਹੇ ਨੇ ਅਤੇ ਆਪਾਂ ਉਹਨਾਂ ਨੂੰ ਮਿਲਾਵਾਂਗੇ ਸੰਦੀਪ ਸਿੰਘ ਜੀ ਤੁਹਾਡਾ ਮੋਸਟ ਵੈਲਕਮ ਆ ਜਸ ਟੀਵੀ 'ਤੇ ਜੀ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਸਿੰਘ ਜੀ ਪਹਿਲਾਂ ਤਾਂ ਇੱਥੇ ਦੇ ਜੰਪਲ ਹੋ ਕੇ ਆਪਣੇ ਦਸਤਾਰ ਸਜਾਉਣੀ ਦਾੜਾ ਰੱਖਣਾ ਇੱਕ ਤਾਂ ਇਹਦੇ ਬਾਰੇ ਦੱਸੋ ਦੂਜਾ ਇੰਡੀਆਨਾ ਦੇ ਵਿੱਚ ਕਿਹੜੀ ਸਿਟੀ ਵਿੱਚ ਰਹਿੰਦੇ ਹੋ ਤੁਸੀਂ ਮੈਂ ਰਾਈਟ ਨਾਓ ਇੱਥੇ ਫਿਸ਼ਰਸ ਇੰਡੀਆਨਾ ਵਿੱਚ ਰਹਿੰਦੇ ਆ ਵਿਦ ਮਾਈ ਪੇਰੈਂਟਸ ਐਂਡ ਜਿਹੜੀ ਦਾੜੀ ਸਜਾਈ ਆ ਕੇਸ ਰੱਖੇ ਆ ਅਤੇ ਪੱਗ ਬੰਨੀ ਆ ਇਹ ਪਛਾਣ ਆ ਮੇਰੀ ਇਹ ਆਇਡੈਂਟੀ ਆ ਮਾਈ ਪੇਰੈਂਟਸ ਦੇ ਗੇਵ ਮੀ ਦ ਸਿੱਖੀ ਸਰੂਪ ਐਂਡ ਆਈ ਕੈਪਟ ਇਟ ਯੂ ਲੁੱਕਸ ਗੁੱਡ ਬਾਈ ਦ ਵੇ ਥੈਂਕ ਯੂ ਮਿਸਟਰ ਬਰਾੜ ਇਹ ਦੂਸਰਾ ਤੁਹਾਨੂੰ ਮੈਂ ਸੰਦੀਪ ਜੀ ਪੁੱਛੂੰਗਾ ਕਿ ਤੁਸੀਂ ਇੱਥੇ ਹੁਣ ਕਿਹੜੀ ਐਜੂਕੇਸ਼ਨ ਲਈ ਆ ਤੁਸੀਂ ਮੈਨੂੰ ਦੱਸਦੇ ਪਏ ਸੀ ਤੁਸੀਂ ਗ੍ਰੈਜੂਏਸ਼ਨ ਹੋ ਗਏ ਹੋ ਹਾਂਜੀ ਡਿਸੰਬਰ 2020 ਵਿੱਚ ਇੱਥੇ ਇੰਡੀਆਨਾਪੋਲਿਸ ਵਿੱਚ ਇੰਡੀਅਨ ਯੂਨੀਵਰਸਿਟੀ ਸਕੂਲ ਆਫ ਲਾਅ ਵਿੱਚ ਗ੍ਰੈਜੂਏਸ਼ਨ ਹੋਈ ਸੀ ਡਾਕਟਰ ਆਫ ਜੁਰਿਸਪ੍ਰੂਡੈਂਸ ਸੋ ਵਕਾਲਤ ਕੀਤੀ ਆ ਮਤਲਬ ਹੁਣ ਵਕੀਲ ਬਣ ਗਏ ਹੋ ਹਾਂਜੀ ਹਾਂਜੀ ਪੰਜਾਬੀ ਦੇ ਵਿੱਚ ਵਕੀਲ ਦੀ ਲੋੜ ਪਵੇ ਆਪਣੇ ਘਰ ਦਾ ਵਕੀਲ ਹੋ ਸਕਦਾ ਜ਼ਰੂਰ ਜੀ ਇੰਡੀਆਨਾ ਵਿੱਚ ਤੇ ਹੋਰ ਵੀ ਮੇਰੇ ਖਿਆਲ ਜਿਹੜੀ ਅਟਾਰਨੀਆਂ ਦੀ ਬਾਰ ਹੋਣੀ ਆ ਉਹਦੇ ਵੀ ਜੁਆਇਨ ਕੀਤਾ ਹੋਣਾ ਤੁਸੀਂ ਹਾਂਜੀ ਹੋਰ ਵੀ ਕਿਸੇ ਪੰਜਾਬੀ ਨੂੰ ਚਾਹੀਦੀ ਹੋਵੇ ਤੁਸੀਂ ਜ਼ਰੂਰ ਹੈਲਪ ਕਰ ਸਕਦੇ ਆ ਜ਼ਰੂਰ ਇਹੀ ਤਾਂ ਇਸ ਦਾ ਪਰਪਸ ਜਿੱਦਾਂ ਹੁਣ ਆਈ ਵਾਂਟ ਮੋਰ ਆਫ ਮਾਈ ਪੀਪਲ ਟੂ ਬੀ ਲਾਇਰਸ ਐਂਟਰ ਦ ਪ੍ਰੋਫੈਸ਼ਨ ਐਂਡ ਜੁਆਇਨ ਦ ਬਾਰ ਪੰਜਾਬੀ ਯੂਥ ਆ ਜਿਹੜੇ ਕਈ ਨਹੀਂ ਪੜ੍ਹਦੇ ਜਾਂ ਕਈ ਬੰਦੇ ਜਿਹੜੇ ਆ ਉਹ ਆਪਣੇ ਨਿਆਣੇ ਗਲਤ ਰਸਤੇ ਚਲੇ ਗਏ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਜੇ ਕਿਸੇ ਤਰ੍ਹਾਂ ਦੀ ਹੈਲਪ ਕਰ ਚਾਹੀਦੀ ਆ ਤੁਹਾਨੂੰ ਜ਼ਰੂਰ ਕੰਟੈਕਟ ਕਰਨ ਉਹਨਾਂ ਨੂੰ ਪੜ੍ਹਨਾ ਚਾਹੀਦਾ ਕਿ ਨਹੀਂ ਹਾਂਜੀ ਹਾਂਜੀ ਜ਼ਰੂਰ ਐਜੂਕੇਸ਼ਨ ਬਹੁਤ ਜ਼ਰੂਰੀ ਆ ਵਨ ਆਫ ਦ ਮੋਸਟ ਇੰਪੋਰਟੈਂਟ ਸਪੈਸ਼ਲੀ ਇਨ ਦਿਸ ਟਾਈਪ ਆਫ ਡੇ ਐਂਡ ਏਜ ਜਿਹੜੇ ਗਲਤ ਪਾਸੇ ਗਏ ਆ ਉਹ ਥੜੀ ਇਟਸ ਜਸਟ ਪਾਰਟ ਆਫ ਲਾਈਫ ਯੂ ਮੈਸਟ ਅਪ ਐਂਡ ਐਵਰੀਬਡੀ ਸਾਰੇ ਨੂੰ ਸੈਕਿੰਡ ਚਾਂਸ ਡਿਜ਼ਰਵ ਆ ਐਂਡ ਇਫ ਯੂ ਨੀਡ ਅ ਸੈਕਿੰਡ ਚਾਂਸ ਇਫ ਯੂ ਵਾਂਟ ਐਨੀਥਿੰਗ ਮੈਨੂੰ ਰੀਚ ਆਊਟ ਕਰੋ ਮੈਨੂੰ ਕੰਟੈਕਟ ਕਰੋ ਪਲੀਜ਼ ਮੈਂ ਤੁਹਾਨੂੰ ਦੋ ਇਹ ਪੁੱਛਣਾ ਤੁਸੀਂ ਆਬਵੀਅਸਲੀ ਗ੍ਰੈਜੂਏਟ ਵੀ ਕਰ ਗਏ ਤੇ ਤੁਹਾਡੇ ਜਿਹੜੇ ਐਸ ਪੰਜਾਬੀ ਫੈਮਿਲੀ ਵਿੱਚ ਬੋਰਨ ਹੋਣ ਦਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਬੈਨੀਫਿਟ ਰਿਹਾ ਕਿ ਮੰਮੀ ਡੈਡੀ ਨੇ ਕਿੰਨੀ ਹੈਲਪ ਕੀਤੀ ਮੈਂ 100% ਲੱਗਿਆ ਸਕਦਾ ਔਰ ਮੰਮੀ ਡੈਡੀ ਨਹੀਂ ਹੈਲਪ ਕਰਦੇ ਮੈਂ ਵਕੀਲ ਨਹੀਂ ਬਣ ਸਕਦਾ ਸੀ ਜਿਹੜੀ ਫਾਈਨੈਂਸ਼ਲੀ ਸਪੋਰਟ ਕੀਤੀ ਆ ਰਾਈ ਦੇ ਪੁਸ਼ਡ ਮੀ ਇਨ ਐਵਰੀ ਡਾਇਰੈਕਸ਼ਨ ਟੂ ਫਾਲੋ ਵਟ ਆਈ ਵਾਂਟ ਫਾਈਨੈਂਸ਼ਲੀ ਜਿੱਦਾਂ ਕੋਮਲ ਨੇ ਕਿਹਾ ਸੀ ਇਮਰਾਨ ਨੇ ਸਾਰੇ ਨੇ ਕਿਹਾ ਜਿਹੜੀ ਪੰਜਾਬੀ ਫੈਮਿਲੀਆਂ ਹੁੰਦੀਆਂ ਉਹ ਆਪਣੇ ਬੱਚਿਆਂ ਨੂੰ ਕਹਿੰਦੇ ਨਹੀਂ ਤੁਸੀਂ ਕੰਮ ਕਰੋ ਪਾਰਟ ਟਾਈਮ ਜੋਬ ਕਰੋ ਸਾਰਾ ਫੋਕਸ ਐਜੂਕੇਸ਼ਨ 'ਤੇ ਉਹਨਾਂ ਨੇ ਹਾਰਡ ਵਰਕ ਕੀਤਾ ਸੀ ਹੁਣ ਆਪਾਂ ਉਹਨਾਂ ਦਾ ਮਿਹਨਤ ਦਾ ਔਰ ਫਲ ਲੈਂਦੇ ਹਾਂ ਹੁਣ ਸੋ ਬਿਨਾਂ ਮਾਈ ਪੇਰੈਂਟਸ ਆਈ ਵੁੱਡ ਨਾਟ ਬੀ ਅ ਲਾਇਰ ਤੁਹਾਡੇ ਮੰਮੀ ਡੈਡੀ ਨੂੰ ਇੱਥੇ ਹੁਣ ਕੀ ਕਰਦੇ ਨੇ ਮੇਰੇ ਮੰਮੀ ਟਰੱਕਿੰਗ ਕੰਪਨੀ ਰਨ ਕਰਦੇ ਆ ਤੇ ਪਾਪਾ ਟਰੱਕ ਡਰਾਈਵਰ ਆ ਤੇ ਡਿਸਪੈਚ ਮਾਈ ਮਮ ਤੁਹਾਨੂੰ ਲੱਗਦਾ ਕਦੀ ਕਦੀ ਆਪਣੀ ਮੰਮੀ ਡੈਡੀ ਨੂੰ ਦੇਖ ਕੇ ਆਉਂਦਾ ਕਿ ਵੀ ਮੇਰੇ ਮੰਮੀ ਡੈਡੀ ਨੇ ਇੰਨਾ ਹਾਰਡ ਵਰਕ ਕੀਤਾ ਕਿ ਮੈਨੂੰ ਵੀ ਇਹਨਾਂ ਲਈ ਕੁਝ ਕਰਨਾ ਚਾਹੀਦਾ ਜ਼ਰੂਰ ਹਾਂਜੀ ਪਹਿਲਾਂ ਹੀ ਟਰੱਕ ਡਰਾਈਵਰ ਤੋਂ ਪਹਿਲਾਂ ਵੀ ਬਹੁਤ ਮਿਹਨਤ ਕੀਤੀ ਜਦੋਂ ਨਿਊ ਜਰਸੀ ਰਹਿੰਦੇ ਹੁੰਦੇ ਸੀ ਤਿੰਨ ਤਿੰਨ ਜੋਬਾਂ ਕਰਦੇ ਹੁੰਦੇ ਸੀ ਇਕੱਲੇ ਇਕੱਲੇ ਫਿਰ ਇੱਥੇ ਮੂਵ ਹੋਏ ਗੈਸ ਸਟੇਸ਼ਨ ਦੇ ਵਿੱਚ ਪਏ ਫਿਰ ਟਰੱਕਿੰਗ ਬਿਜ਼ਨਸ ਕੀਤਾ ਜਸਟ ਸੋ ਦੇ ਕੈਨ ਪ੍ਰੋਵਾਈਡ ਮੀ ਐਂਡ ਮਾਈ ਸਿਸਟਰ ਇਨ ਐਜੂਕੇਸ਼ਨ ਰਾਈਟ ਐਂਡ ਦੇ ਪੇ ਫੋਰ ਐਵਰੀਥਿੰਗ ਸੋ ਇਟਸ ਮਾਈ ਰਿਸਪੋਨਸਿਬਿਲਟੀ ਟੂ ਪੇ ਦੇਮ ਬੈਕ ਤੇ ਦੂਜਾ ਤੁਹਾਨੂੰ ਮੈਂ ਪੁੱਛੂਗਾ ਕਿ ਤੁਸੀਂ ਜਿਹੜੇ ਤੁਹਾਡੇ ਨਾਲ ਦੇ ਸਟੂਡੈਂਟ ਆਬਵੀਅਸਲੀ ਹੋਰ ਵੀ ਸਟੂਡੈਂਟ ਗ੍ਰੈਜੂਏਟ ਹੋਏ ਹੋਣਗੇ ਉੱਥੋਂ ਉਹਨਾਂ ਨੂੰ ਤੁਸੀਂ ਦੇਖਿਆ ਕਿ ਜਿੱਦਾਂ ਤੁਹਾਡੇ ਮੰਮੀ ਡੈਡੀ ਨੇ ਤੁਹਾਨੂੰ ਗੱਡੀ ਲੈਤੀ ਜਾਂ ਤੁਹਾਨੂੰ ਹਰ ਵੇਲੇ ਪੈਸੇ ਵੀ ਦਿੰਦੇ ਜੋ ਚਾਹੁੰਦੇ ਸੀ ਉਹ ਲੈ ਕੇ ਦਿੰਦੇ ਸੀ ਤੁਹਾਨੂੰ ਉਹਨਾਂ ਦੂਜੇ ਸਟੂਡੈਂਟ ਦੀ ਲਾਈਫ ਤੁਹਾਡੇ ਤੋਂ ਕਿੱਦਾਂ ਅਲੱਗ ਲੱਗੀ ਜਿਨ੍ਹਾਂ ਨੂੰ ਇੰਨੀ ਸਪੋਰਟ ਨਹੀਂ ਹੈਗੀ ਜਿੱਦਾਂ ਉਹਨਾਂ ਨੂੰ ਪਰਹੈਪਸ ਫਾਈਨੈਂਸ਼ੀਅਲੀ ਸਪੋਰਟ ਨਹੀਂ ਹੈਗੀ ਸੀ ਪਰ ਪੋਲੀਟੀਕਲ ਸਪੋਰਟ ਹੈਗੀ ਆ ਜਾਂ ਉਹਨਾਂ ਦੇ ਪੇਰੈਂਟਸ ਵੀ ਵਕੀਲ ਸੀ ਜਾਂ ਉਹਨਾਂ ਦੇ ਪੇਰੈਂਟਸ ਵੀ ਡਾਕਟਰ ਸੀ ਹਨਾ ਜਿੱਦਾਂ they had those types of advantages and for me yeah my parents got me a BMW at a young age and people looked at it and said oh what how, did you earn that and I tell them straight I did not earn it no not yet right so you got to be honest with them and just let them know that my parents worked hard for what they gave me and now it's my turn to work hard for them ਇੱਕ ਪਰਸਨਲ ਕੁਐਸਚਨ ਤੁਹਾਨੂੰ ਪੁੱਛਣਾ ਚਾਹੁੰਦਾ ਤੁਹਾਡੀ ਲਾਈਫ ਦਾ ਕਿ ਲਾਈਫ ਪਾਰਟਨਰ ਚੂਜ਼ ਕਰ ਲਿਆ ਜਾਂ ਕਿੱਦਾਂ ਦਾ ਲਾਈਫ ਪਾਰਟਨਰ ਲੱਭਦੇ ਪਏ ਹੋ ਹਜੇ ਨਹੀਂ ਚੂਜ਼ ਕੀਤਾ ਜਿਹੜੀ ਕੁੜੀ ਹੋਵੇ ਜਿੱਦਾਂ ਕਾਰ ਵਿੱਚ ਰਹਿਣ ਵਾਲੀ
the parents nal you know interact and everything doctor hove vakil hove accountant you know some type of education is very duty too oh vadhiya socha jehdi tusi eh sochde ke tusi apne mom dad na rehna chahunde te jehda life partner hai oh bhi ehi soch ke aaye ho ke tusi particular punjabi culture aajo ke aapa maa pe de naal rehna nede rehna te unna di seva karni kyunki unna ne tonu is level te pehchaya ki tusi mande ke je tusi ਤੁਹਾਨੂੰ ਪੰਜਾਬੀ ਫੈਮਿਲੀ 'ਚ ਨਾ ਪੈਦਾ ਹੋਏ ਹੁੰਦੇ ਕਿ ਹੋਰ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਮੋਸਟ ਜਿਹੜਾ ਪੰਜਾਬੀ ਜਨਮਿਆ ਇੱਥੇ ਕੜ ਵਿੱਚ ਮੇਨ ਥਿੰਗ ਇਜ਼ ਜਿਹੜੀ ਆਈਡੈਂਟੀ ਜਿਹੜੀ ਪਛਾਣ ਹੋਈ ਆ ਜਿਹੜਾ ਹੁਣ ਮੈਂ ਵਕੀਲ ਬਣਿਆ ਬਿਕੋਜ਼ ਜਿਹੜਾ ਸਿੱਖੀ ਦਾ ਹੈਗਾ ਟੀਚਿੰਗਸ ਆ ਸਿੱਖੀ ਦੀ ਜੋ ਮੇਰੇ ਪੇਰੈਂਟਸ ਨੇ ਸਿਖਾਇਆ ਆ ਜੋ ਲਿਖਿਆ ਵਾ ਆਪਣੇ ਹਿਸਟਰੀ ਵਿੱਚ ਇਜ਼ ਟੂ ਫਾਈਟ ਓਪਰੈਸ਼ਨ ਅਤੇ ਮੈਂ ਵਕੀਲ ਤਾਂ ਹੀ ਬਣਿਆ ਵਾ ਬਿਕੋਜ਼ ਆਈ ਵਾਂਟ ਟੂ ਫਾਈਟ ਫੋਰ ਦ ਪੀਪਲ ਦੈਟ ਆਰ ਵੋਇਸਲੈਸ ਸੋ ਕਿ ਮੈਨੂੰ ਇਹ ਪੁੱਛਣਾ ਤੁਹਾਡੇ ਤੋਂ ਕਿ ਮੈਨੂੰ ਪਤਾ ਤੁਸੀਂ ਪੋਲੀਟੀਕਲ ਵੀ ਥੋੜੇ ਕਨੈਕਟਡ ਹੋ ਹਾਂਜੀ ਕੀ ਕੀ ਜਿਹੜੇ ਹੋਰ ਜਿਹੜੇ ਆਪਣੇ ਇੱਥੇ ਜੰਗ ਯੂਥ ਆ ਉਹਨਾਂ ਨੂੰ ਪੋਲੀਟੀਕਲ ਸਾਈਡ ਨੂੰ ਜਾਣਾ ਚਾਹੀਦਾ ਜਾਂ ਆਪਾਂ ਨੂੰ ਇਸ ਪਾਸੇ ਦੇਖਣਾ ਚਾਹੀਦਾ ਕਿ ਨਹੀਂ ਜਿਹੜੇ ਪੋਲੀਟੀਕਲ ਸਾਈਡ ਇਟਸ ਕ੍ਰਿਟੀਕਲ ਨਾਓ ਇਹ ਬਿਨਾ ਪੋਲਿਟਿਕਸ ਦੇ ਵਿੱਚ ਬਣਨੇ ਯੂ ਕੈਨਟ ਇਗਨੋਰ ਪੋਲਿਟਿਕਸ ਐਨੀਮੋਰ ਜਿੱਦਾਂ ਹੁਣ ਜਿਹੜੇ ਹੁਣ ਪਾਸ ਹੋਏ ਕਾਨੂੰਨ ਇੱਥੇ ਵੀ ਜੋ ਤੁਹਾਨੂੰ ਨਹੀਂ ਪਸੰਦ ਹੈਗੇ ਤੁਸੀਂ ਬੋਲ ਤਾਂ ਸਕਦੇ ਆ but you have to do something you have to take action you can take action only if you have a seat at the table jo thanu utthe kursi milungi utthe bolan nu jehde judge naal a ya governor naal a ya president naal a you have to get involved politically nahi involve hovonge fer mainu lagda ke ohna nu apan nu oh nahi utthe utthe pahunchna mushkil hovega haan ji and it takes people to put themselves like if I run for office I promise I will run for office Gurinder Singh Khalsa in Fishers he ran for office and it's duty that apne people get out there even if you lose it's okay because it's a win for the future generations because you inspire people like me to win or to run sorry ki apne aun wale samay de vich kade layi run karna chahunde ho jehdi meri main goal a to be a judge ਜੱਜ ਬਣ ਲਈ ਆਬਵੀਅਸਲੀ ਪੜ੍ਹਾਈ ਤਾਂ ਤੁਸੀਂ ਕਰ ਲਈ ਹੁਣ ਤਾਂ ਸਿਰਫ ਤੁਹਾਨੂੰ ਕਾਹਦੀ ਸਪੋਰਟ ਚਾਹੀਦੀ ਆ ਪੰਜਾਬੀ ਕਮਿਊਨਿਟੀ ਤੋਂ ਆਪਣੇ ਪੈਸੇ ਦੀ ਸਪੋਰਟ ਚਾਹੀਦੀ ਆ ਜਾਂ ਵੈਸੇ ਪਬਲਿਕਲੀ ਸਪੋਰਟ ਚਾਹੀਦੀ ਕਿਹੜੀ ਸਪੋਰਟ ਤੁਸੀਂ ਪੰਜਾਬੀ ਕਮਿਊਨਿਟੀ ਤੋਂ ਮੰਗੋਗੇ ਐਸ ਟੀਵੀ ਦੇ ਉੱਤੇ ਜਿੱਦਾਂ ਜਿਹੜਾ ਦੋ ਸਪੋਰਟਾਂ ਜ਼ਰੂਰੀ ਹੁੰਦੀ ਆ ਆਬਵੀਅਸਲੀ ਮਨੀ ਇਜ਼ ਇੰਪੋਰਟੈਂਟ ਬਟ ਨੰਬਰ 2 ਇਜ਼ ਰਿਸਪੈਕਟ ਰਾਈਟ ਯੂ ਅਰਨ ਦ ਕਮਿਊਨਿਟੀਜ਼ ਟਰਸਟ ਤੁਸੀਂ ਮੈਨੂੰ ਯੂ ਟਰਸਟ ਮੀ ਔਰ ਪੀਪਲ ਲਾਈਕ ਮੀ ਦੈਟ ਰਨ ਟਰਸਟ ਇਜ਼ ਵਿਦ ਯੋਰ ਵੋਟ ਕਿ ਤੁਸੀਂ ਇੱਦਾਂ ਨਹੀਂ ਕਹਿਣਾ ਕਿ ਜਿੱਦਾਂ ਆਪਣੇ ਪੰਜਾਬੀਆਂ ਦੀ ਕਈ ਸੋਚ ਹੁੰਦੀ ਹੈ ਕਿ ਅੱਗੇ ਚੱਲ ਗਿਆ ਕਿ ਆਪਾਂ ਇਹਨੂੰ ਸਪੋਰਟ ਨਹੀਂ ਕਰਨੀ ਦ ਮੇਨ ਥਿੰਗ ਇਜ਼ ਆਈ ਐਮ ਫਾਈਟਿੰਗ ਫੋਰ ਯੂ ਐਨੀਵਨ ਦੈਟ ਲੁਕਸ ਲਾਈਕ ਮੀ ਦੈਟ ਇਜ਼ ਰਨਿੰਗ ਇਜ਼ ਫਾਈਟਿੰਗ ਫੋਰ ਯੂ ਬਹੁਤ ਵਧੀਆ ਸੋਚ ਆ ਤੁਹਾਡੀ ਤੇ ਆਪਾਂ ਜਾਂਦੇ ਜਾਂਦੇ ਤੁਸੀਂ ਵਕੀਲ ਬਣ ਗਏ ਹੋ ਤੇ ਵਕਾਲਤ ਤੁਹਾਨੂੰ ਪਤਾ ਜੇ ਵਕੀਲ ਤੁਸੀਂ ਲਾਅ ਪੜ੍ਹਿਆ ਹੋਇਆ ਤੁਹਾਨੂੰ ਉਹਦਾ ਬੈਨੀਫਿਟ ਹੋ ਸਕਦਾ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਪੰਜਾਬੀ ਦੇ ਫਾਰਮਰ ਆ ਜਿਹੜਾ ਉਹਨਾਂ ਨੂੰ ਉੱਥੇ ਬੜਾ ਵੱਡਾ ਧੱਕਾ ਹੋ ਰਿਹਾ ਕਿ ਉੱਥੇ ਜਿਹੜੇ ਵਕੀਲ ਨੇ ਉਹ ਜ਼ਰੂਰ ਸਟੈਪ ਅਪ ਆਏ ਹੋਏ ਆ ਕਿ ਉਹ ਜ਼ਰੂਰ ਅੱਗੇ ਆਉਣ ਤੇ ਫਾਰਮਰਾਂ ਦੀ ਹੈਲਪ ਕਰਨ ਕੀ ਕਹੋਗੇ ਫਾਰਮਰਾਂ ਬਾਰੇ ਜੋ ਆ ਬਿੱਲ ਪਾਸ ਕੀਤੇ ਆ ਇਟ ਵਾਜ਼ਨਟ ਅਕੋਰਡਿੰਗ ਟੂ ਦ ਲਾਅ ਆਹ ਆਪਣੇ ਜਿਹੜੇ ਹੁਣੀ ਸਪੀਕਰ ਹੋਏ ਸੀ ਅਮਨਦੀਪ ਸਿੰਘ ਜੀ ਉਹਨੇ ਕੀਤਾ ਕਿ ਇੰਡੀਆ ਦਾ ਕਨਸਟੀਟਿਊਸ਼ਨ ਇਸ ਇਫ ਯੂ ਔਰ ਤੁਸੀਂ ਪੜੋਗੇ ਇੰਡੀਆ ਦਾ ਕਨਸਟੀਟਿਊਸ਼ਨ ਤੇ ਅਮਰੀਕਾ ਦਾ ਕਨਸਟੀਟਿਊਸ਼ਨ ਇਟਸ 98% ਸਿਮਿਲਰ ਦੋਨੇ ਸਟਾਰਟ ਆਫ ਦ ਸੇਮ ਵੇ ਦੋਨੇ ਸੇ ਵੀ ਦ ਪੀਪਲ ਜਿਹੜੇ ਆਪਾਂ ਲੋਕ ਆ ਪੀਪਲ ਇਜ਼ ਕਿਸਾਨ ਜਿਹੜੇ ਉਹੀ ਆ ਵੋਇਸ ਜਿਹੜੇ ਹੈਗੇ ਪੰਜਾਬ ਦੇ ਜਾਂ ਇੰਡੀਆ ਦੇ ਦੇ ਗਰੰਟੀ ਦ ਰਾਈਟ ਟੂ ਸਪੀਚ ਬੋਲਣ ਨੂੰ ਦੇ ਗਰੰਟੀ ਦ ਰਾਈਟ ਟੂ ਅਸੈਂਬਲ ਇਕੱਠੇ ਹੋਣ ਨੂੰ ਦੇ ਗਰੰਟੀ ਦ ਰਾਈਟ ਟੂ ਪਟੀਸ਼ਨ ਦ ਗਵਰਨਮੈਂਟ ਫੋਰ ਗ੍ਰੀਵੈਂਸਿਸ ਗਵਰਨਮੈਂਟ ਨੂੰ ਤੁਹਾਨੂੰ ਕੁਛ ਹੈਗਾ ਗਲਤ ਕੀਤਾ ਗਵਰਨਮੈਂਟ ਤੁਸੀਂ ਉਹਨੂੰ ਪੁੱਛ ਸਕਦੇ ਕਿ ਤੁਸੀਂ ਕਾਹਤੇ ਕੀਤਾ ਇੱਦਾਂ ਰਾਈਟ ਨਾ ਇਨ ਇੰਡੀਆ ਦੇ ਆਰ ਨਾਟ ਅਪਹੋਲਡਿੰਗ ਡੈਮੋਕਰੈਟਿਕ ਵੈਲਿਊਸ ਇੰਡੀਆ claims itself to be a democracy and it is not a democracy ਤਨੀ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ ਜਿਹੜਾ ਤੁਸੀਂ ਅੱਜ ਜਸ ਟੀਵੀ ਲਈ ਟਾਈਮ ਕੱਢਿਆ ਤੇ ਜਿੰਨੇ ਵੀ ਦਰਸ਼ਕ ਸੁਣ ਰਹੇ ਨੇ ਆ ਦੇਖੋ ਆਪਾਂ ਦੋ ਸਰਦਾਰ ਮੁੰਡੇ ਲੱਭ ਕੇ ਲੈ ਕੇ ਆਂਦੇ ਨੇ ਕਿ ਜਿਹੜੇ ਅਵੇਲੇਬਲ ਨੇ ਉਹਨਾਂ ਦੀ ਮੰਗ ਕੀ ਆ ਕਿ ਕੁਝ ਨਹੀਂ ਚਾਹੀਦਾ ਇੱਕ ਕੁੜੀ ਸਾਡੀ ਫੈਮਿਲੀ ਦੀ ਇੱਜ਼ਤ ਕਰਨ ਵਾਲੀ ਹੋਵੇ ਦੇਖੋ ਹਾਲੇ ਵੀ ਆ ਸਾਡਾ ਵਿਰਸਾ ਜਿਹੜਾ ਉਹ ਜਿੰਦਾ ਆ ਇਹੀ ਸਾਡੇ ਪੰਜਾਬੀਆਂ ਨੂੰ ਮੈਂ ਕਹੂੰਗਾ ਤੁਹਾਡੀ ਪੰਜਾਬੀਓ ਤੁਸੀਂ ਦਿਲ ਤੁਹਾਡਾ ਜਿਹੜਾ ਦਿਲ ਹੈ ਉਹ ਬਹੁਤ ਵੱਡਾ ਇੱਕ ਇੱਦਾਂ ਦੀ ਮੰਗ ਰੱਖਿਆ ਕਰੋ ਕਿ ਇਹ ਨਹੀਂ ਕਿ ਪੈਸਾ ਚਾਹੀਦਾ ਜਾਂ ਸਾਨੂੰ ਆਪਣੇ ਤੁਸੀਂ ਡਾਇਮੰਡ ਦਿਓ ਜਾਂ ਸੋਚ ਕੀ ਆ ਕਿ ਇੱਕ ਪਰਿਵਾਰਕ
ਲੜਕੀ ਹੋਵੇ ਜੋ ਇਹਨਾਂ ਨਾਲ ਜੀਵਨ ਸਾਥੀ ਬਣ ਕੇ ਇਸੇ ਤਰ੍ਹਾਂ ਦਾ ਪੰਜਾਬੀ ਜੀਵਨ ਜੋ ਅਸੀਂ ਪੰਜਾਬੀ ਵਿਰਸਾ ਛੱਡਣਾ ਨਹੀਂ ਚਾਹੁੰਦੇ। ਤੇ ਮੈਂ ਐਂਡ ਵਿੱਚ ਇਹੀ ਕਹੂੰਗਾ ਕਿ ਤੁਹਾਨੂੰ ਵੀ ਬਾਕੀ ਸਾਰੇ ਸਰੋਤਿਆਂ ਨੂੰ ਬਹੁਤ ਮੁਬਾਰਕਾਂ ਨੇ ਜਿਹੜੇ ਤੁਸੀਂ ਇੱਦਾਂ ਦੀ ਸੋਚ ਰੱਖਦੇ ਹੋ ਕਿ ਸਾਨੂੰ ਪੰਜਾਬੀ ਬਣਨਾ ਚਾਹੀਦਾ, ਸਾਨੂੰ ਪੰਜਾਬੀ ਹੀ ਬਣੇ ਰਹਿਣਾ ਚਾਹੀਦਾ, ਸਾਨੂੰ ਆਪਣਾ ਵਿਰਸਾ ਜਿਹੜਾ ਉਹ ਸੰਭਾਲਣਾ ਚਾਹੀਦਾ, ਸਾਡੀ ਹਿਸਟਰੀ ਸੰਭਾਲਣੀ ਚਾਹੀਦੀ ਆ। ਪਰ ਇਹਦੇ ਨਾਲ ਨਾਲ ਇੱਕ ਜਿਹੜੀ ਸੂਈ ਆ ਸਮੇਂ ਦੀ, ਇਹ ਖੜੀ ਨਹੀਂ ਹੁੰਦੀ। ਜਾਂ ਤਾਂ ਇਹਦਾ ਮੇਰੇ ਨਾਲ ਵੈਰ ਆ, ਪਤਾ ਨਹੀਂ ਲੱਗਦਾ ਕਦੋਂ ਗੱਲਾਂ ਕਰਦਿਆਂ ਕਰਦਿਆਂ ਤੇ ਟਾਈਮ ਨਿਕਲ ਜਾਂਦਾ। ਪਰ ਫਿਰ ਵੀ ਜੇ ਤੁਸੀਂ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਦੇਖ ਰਹੇ ਹੋ ਜਿਹੜਾ ਅਸੀਂ ਅੱਜ ਲੈਂਦਾ, ਸਾਨੂੰ ਕੋਈ ਸਲਾਹ ਦੇਣੀ ਚਾਹੁੰਦੇ ਹੋ ਤਾਂ ਜ਼ਰੂਰ ਸਾਨੂੰ ਕੰਟੈਕਟ ਕਰੋ। ਮੇਰਾ ਈਮੇਲ ਹੈ broad@justbroadcasting, ਔਰ ਮੇਰਾ ਫੋਨ ਨੰਬਰ ਲੋਕਲ ਇੰਡੀਆਨਾ ਦਾ ਹੈ, ਮੈਂ ਲੋਕਲ ਇੰਡੀਆਨਾ ਵਿੱਚ ਹਾਂ, ਜਿਹੜਾ ਆਪਾਂ ਮੰਡੇ ਟਿਊਜ਼ਡੇ ਲਾਈਵ ਕਰਦੇ ਹਾਂ, 317-578-5385। ਤੁਸੀਂ ਕਿਸੇ ਤਰ੍ਹਾਂ ਦੀ ਵੀ ਇਨਫੋਰਮੇਸ਼ਨ ਚਾਹੁੰਦੇ ਹੋ, ਆਪਣੇ ਕੋਲ ਵਕੀਲ ਵੀ ਹੈ, ਡਾਕਟਰ ਵੀ ਨੇ, ਅਤੇ ਜਿਹੜੇ ਮੈਡੀਕਲ ਦੇ ਸਟੂਡੈਂਟ ਵੀ ਨੇ, ਜੇ ਕਿਸੇ ਤਰ੍ਹਾਂ ਦੀ ਵੀ ਤੁਹਾਨੂੰ ਲੋੜ ਹੈ ਜ਼ਰੂਰ ਮੈਨੂੰ ਵੀ ਕੰਟੈਕਟ ਕਰ ਸਕਦੇ ਹੋ, ਆਪਾਂ ਹਰ ਤਰ੍ਹਾਂ ਦੀ ਹੈਲਪ ਕਰਾਂਗੇ। ਅਤੇ ਇਸੇ ਦੇ ਨਾਲ ਜਿਮੀ ਬਰਾੜ ਨੂੰ ਦਿਓ ਇਜਾਜ਼ਤ, ਅੱਜ ਦਾ ਸ਼ੋਅ ਆਪਾਂ ਇੱਥੇ ਹੀ ਖਤਮ ਕਰਦੇ ਹਾਂ, ਅਗਲੇ ਸੋਮਵਾਰ ਨੂੰ ਮਿਲਾਂਗੇ ਫਿਰ ਇੱਕ ਨਵੀਂ ਅਤੇ ਨਵੀਂ ਸੋਚ ਲੈ ਕੇ। ਇੱਕ ਵੱਖਰੇ ਆਪਣੇ ਦਰਸ਼ਕ ਹੋਣਗੇ, ਵੱਖਰੇ ਸੋਰੀ ਦਰਸ਼ਕ ਤਾਂ ਸੇਮ ਰਹਿਣਗੇ, ਆਪਣੇ ਵੱਖਰੇ ਜਿਹੜੇ ਆ ਆਪਾਂ ਹੋਰ ਤਰ੍ਹਾਂ ਦੇ ਤਰੀਕੇ ਦੇ ਨਾਲ ਇਨਫੋਰਮੇਸ਼ਨ ਲੈ ਕੇ ਆਵਾਂਗੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਆਪਣੀ ਕਮਿਊਨਿਟੀ ਲਈ। ਦੇਖਦੇ ਰਹੋ ਜਿਮੀ ਵਾਲੋਂ, ਸਤਿ ਸ਼੍ਰੀ ਅਕਾਲ।